ਭਾਬੀ ਭਾਬੀ ਕੀ ਹੋ ਗਿਆ ਤੈਨੂੰ? ਨਾਲੇ ਸਾਡੇ ਨੂੰ ਲਈ ਖੜਾ ਮੌਜਾਂ ਨਾਲ। ਨਾਲੇ ਤੈਨੂੰ ਕਿਸੇ ਵੀ ਚੀਜ਼ ਦੀ ਲੋੜ ਹੋਵੇ ਤਾਂ ਮੈਨੂੰ ਬੇਝਿਜਕ ਹੋ ਕੇ ਦੱਸ ਦਿਆ ਕਰ। ਅੱਛਾ, ਸ਼ਰਮ ਤਾਂ ਨਹੀਂ ਆਉਂਦੀ ਹੈਗੀ ਮੌਜਾਂ ਨਾਲ ਉਹਦੇ ਹੱਥ ਰੱਖੀ ਬੈਠਾ? ਸਿੱਧਾ ਜੱਫੀ ਵਾਲਾ ਤਾਂ ਜੇ ਅੱਡੀ ਅੱਗ ਲੱਗੀ ਆ ਤੇਰੇ ਹੈ। ਅਕਲ ਨਹੀਂ ਆਉਂਦੀ ਭੈਣੇ, ਕਿੰਨਾ ਕੁ ਟਾਈਮ ਰੋਈ ਜਾਏਂਗੀ, ਤੂੰ ਤਾਂ ਪਹਿਲੇ ਹੀ ਬਿਮਾਰ ਆਏਂਗੀ। ਰੋ ਰੋ ਕੇ ਆਪਦੀ ਹਾਲਤ ਹੋਰ ਨਾ ਖਰਾਬ ਕਰ, ਵੈਸੇ ਵੀ ਰੋਣ ਨਾਲ ਕਿਹੜਾ ਉਹ ਵਾਪਸ ਆ ਜਾਊ। ਮੈਂ ਹੈਗੀ ਆ ਨਾ ਤੇਰੇ ਨਾਲ, ਫਿਕਰ ਨਾ ਕਰ ਮੇਰੀ ਭੈਣ ਬਣ ਕੇ। ਤੇਰੇ ਨਾਲ ਹੀ ਅਸੀਂ ਸਾਰੇ। ਚੱਲ ਭੈਣ ਬਣ ਕੇ, ਹੁਣ ਹੋਰ ਨਾ ਰੋ। ਚੱਲ ਪੁੱਤ ਹੌਸਲਾ ਰੱਖ, ਮੇਰੇ ਵੱਲ ਦੇਖ, ਜਿਹਦਾ ਜਹਾਨ ਪੁੱਤ ਛੱਡ ਕੇ ਤੁਰ ਗਿਆ। ਰੋਇਆ ਕੀ ਬਣਦਾ ਭੈਣੇ, ਜਿਹੜੀਆਂ ਗੱਲਾਂ ਹੋ ਗਈਆਂ ਘੋੜੇ ਪਹੁੰਚਦੇ। ਜੇ ਹੁਣ ਤੁਸੀਂ ਅਸੀਂ ਢੇਰੀ ਢਾ ਕੇ ਬਹਿ ਜਾਊਗਾ ਦੋਨੇ, ਫਿਰ ਤੁਹਾਡਾ ਟਾਈਮ ਕਿਵੇਂ ਲੰਘੂਗਾ? ਤੂੰ ਵੀ ਨਾ ਹੁਣ ਇੰਨਾ ਦੇਰ ਹੌੜਾ ਕਰਿਆ ਕਰ, ਡਾਕ ਬਣ। ਸੋਨਾ ਭੈਣ ਸਹੀ ਕਹਿੰਦੀ ਆ, ਐਵੇਂ ਢੇਰੀ ਢਾ ਕੇ ਕੁਛ ਨੀ ਬਣਦਾ ਹੈਗਾ, ਅਸੀਂ ਹੈਗੇ ਆ ਨਾ ਤੇਰੇ ਨਾਲ। ਚੱਲ ਕੋਈ ਨੀ ਭੈਣੇ, ਹੁਣ ਸਾਰਾ ਦਿਨ ਜੇ ਰੋਈ ਜਾਇਆ ਕਰੇਗੀ ਤਾਂ ਫਿਰ ਕਿਹੜਾ ਹੁਣ ਉਹ ਵਾਪਸ ਆਜੂ। ਨਾਲੇ ਰੋ ਰੋ ਕੇ ਆਏ, ਅੱਖਾਂ ਤੋਂ ਬਹਿ ਜਾਏਗੀ, ਮੰਜੇ ਚ ਬਹਿ ਜਾਏਗੀ ਰੋ ਰੋ ਕੇ, ਕਿਸੇ ਨੇ ਨੀ ਮੁੜ ਕੇ ਪੁੱਛਣਾ, ਸਿਆਣਨਾ ਨੀ ਕਿਸੇ ਨੇ। ਭਾਬੀ ਕੀ ਹੋਇਆ, ਰੋ ਕਾ ਤੂੰ ਰਹੀ ਆ, ਤੂੰ ਐਵੇਂ ਦਿਲ ਹੌਲਾ ਕਾਤੋਂ ਕਰਦੀ ਆ? ਲੱਖੀ, ਰੱਬ ਨੇ ਮੇਰੀ ਕਿਸਮਤ ਚ ਰੋਣਾ ਹੀ ਲਿਖਿਆ। ਉਹ ਐਵੇਂ ਭਾਬੀ ਰੋਇਆ ਨਾ ਕਰ, ਨਾਲੇ ਦੇਖ ਮੈਂ ਵੀਰੇ ਦੀ ਕਮੀ ਤਾਂ ਪੂਰੀ ਕਰ ਨਹੀਂ ਸਕਦਾ, ਤੇ ਬਾਕੀ ਜੇ ਤੈਨੂੰ ਕਿਸੇ ਵੀ ਚੀਜ਼ ਦੀ ਲੋੜ ਹੋਵੇ ਨਾ ਤੇ ਮੈਨੂੰ ਬੇਝਿਜਕ ਹੋ ਕੇ ਦੱਸ ਦਿਆ ਕਰ। ਅੱਛਾ, ਸ਼ਰਮ ਤਾਂ ਨਹੀਂ ਆਉਂਦੀ ਹੈਗੀ ਮੌਜ ਨਾਲ ਉਹਦੇ ਹੱਥ ਰੱਖੀ ਬੈਠਾ? ਸਿੱਧਾ ਜੱਫੀ ਵਾਲਾ ਤਾਂ ਜੇ ਅੱਡੀ ਅੱਗ ਲੱਗੀ ਆ ਤੇਰੇ ਹੈਂ। ਅਕਲ ਨਹੀਂ ਆਉਂਦੀ, ਮੇਰੀ ਭਾਬੀ ਆ ਉਹ, ਮੂੰਹ ਸੰਭਾਲ ਕੇ ਗੱਲ ਕਰ, ਤੂੰ ਉਹਦੇ ਕਰਕੇ ਮੇਰੇ ਥੱਪੜ ਮਾਰ ਰਿਹਾ ਹੈਗਾ ਹੈਂ, ਲਾਂਤ ਆ ਤੇਰੇ ਤੇ ਲਾਂਤ। ਪਰ ਵੀ ਉਹ ਤੂੰ ਤਾਂ ਚੁੱਪੀ ਕਰ ਜਾ, ਭੈਣ ਹੋ ਕੇ ਤੇ ਭੈਣ ਦੇ ਹੀ ਘਰ ਪੱਟਣ ਲੱਗੀ ਪਈਆਂਗੀ। ਮੈਨੂੰ ਨਹੀਂ ਸੀ ਪਤਾ ਕਿ ਤੁਹਾਡੇ ਦੋਹਾਂ 'ਚ ਆ ਕੁਝ ਚੱਲ ਰਿਹਾ ਹੈਗਾ, ਸ਼ੱਕ ਜ਼ਰੂਰ ਸੀ। ਬਸ ਬਹੁਤ ਹੋ ਗਿਆ, ਚੁੱਪ ਕਰ ਜਾ ਹੁਣ, ਚੁੱਪ ਕਰ ਜਾ ਨਾਲੇ। ਹੋਰ ਮੈਂ ਬੇਫਾਲਤੂ ਦਾ ਨਹੀਂ ਬੋਲਣਾ, ਜੋ ਮੈਂ ਦੇਖਿਆ ਮੈਂ ਤਾਂ ਬੋਲੂੰਗੀ, ਹੁਣ ਮੇਰੇ ਨਾਲ ਲੜਦੀਆਂ ਨੇਗੀਆਂ। ਤੂੰ ਚੁੱਪ ਕਰ ਜਾ। ਆਹੋ ਮੈਨੂੰ ਇਹ ਚੁੱਪ ਕਰਾਈ, ਕਿੰਨੇ ਕੁ ਪੜਦੇ ਪਾਈ ਜਾਵਾਂ ਮੈਂ ਤੁਹਾਡੀਆਂ ਦਾਦੀਆਂ ਦੇ ਦੱਸੀ। ਪ੍ਰਵੀਨ, ਜਿਵੇਂ ਕਿ ਤੂੰ ਸੋਚ ਰਹੀਆਂ ਨੇ ਇਦਾਂ ਦਾ ਕੁਝ ਵੀ ਨਹੀਂ ਹੈਗਾਗਾ। ਅੱਛਾ, ਨਾ ਫਿਰ ਹੋਰ ਕਿੱਦਾਂ ਦਾ, ਆਪ ਹੀ ਦੱਸ ਦੇ। ਪ੍ਰਵੀਨ, ਰੱਬ ਦਾ ਵਾਸਤਾ, ਮੈਨੂੰ ਤਾਂ ਪਹਿਲੀ ਰੱਬ ਨੇ ਉਹਨਾਂ ਕਰਤਾ, ਤੂੰ ਹੋਰ ਮੈਨੂੰ ਮਿਹਣੇ ਦੇ ਦੇ ਮਾਰਦੀ ਆ। ਜਿਹੜਾ ਕੁਛ ਤੂੰ ਕਰ ਰਹੀ ਆ ਉਹ ਸਭ ਚੰਗਾ ਹਨ, ਤੂੰ ਇੱਕ ਭੈਣ ਹੋ ਕੇ ਮੇਰੇ ਤੇ ਦੂਸ਼ਣ ਲਾ ਰਹੀ ਆ। ਅੱਛਾ, ਉਲਟੇ ਮੈਨੂੰ ਕਹਿ ਰਹੀ ਕਿ ਮੈਂ ਦੂਸ਼ਣ ਲਾ ਰਹੀ ਆ, ਮੋਚੇ ਨਾਲ ਤੂੰ ਚੌੜੇ ਹੋਏ ਉਹਦੇ ਹੱਥ ਫੜ ਕੇ ਮੋਢੇ ਤੇ, ਮੈਂ ਗਲਤ ਹੈ? ਉਹ ਤੂੰ ਚੁੱਪ ਕਰ ਜਾ, ਤੂੰ ਜਾ ਇੱਥੋਂ। ਤੂੰ ਮਨਾਲਾ ਰੰਗ ਰਲੀ ਆ ਇਹਦੇ ਨਾਲ ਜਿਹੜੀਆਂ ਮਨਾਉਣੀਆਂ ਨੇਗੀਆਂ, ਇਹੀ ਤਾਂ ਚਾਹੁੰਦਾ ਹੈਗਾ ਤੂੰ। ਨਾ ਕੀ ਹੋ ਗਿਆ, ਕਾਹਦਾ ਗਾਂ ਪਾਇਆ ਤਾਂ? ਮੰਮੀ ਇਹਨਾਂ ਨੂੰ ਹੀ ਪੁੱਛ ਲਓ ਹੈਂ।
ਖੁਲਾਸੇ ਦੇਣ ਲੱਗ ਰਹਾ ਨਾ ਇਹਨੂੰ ਕੀ ਹੋਇਆਗਾ ਨਾ ਕੀ ਹੋਇਆ ਨੀ ਤੈਨੂੰ ਸਵੇਰੇ ਉੱਠ ਕੇ ਰੋਣ ਲੱਗ ਜਾਂਦੀ ਆ ਇੱਕ ਤਾਂ ਖਾ ਗਈ ਮੇਰਾ ਪੁੱਤ ਹੁਣ ਇਹਨੂੰ ਵੀ ਖਾਵੇਂਗੀ ਦੇਖੀ ਜਾਨੀ ਮੈਂ ਤੈਨੂੰ ਕਿੰਨੇ ਦਿਨਾਂ ਦੀ ਤੇਰੇ ਸਿਆਪੇ ਨੀ ਲੋਟ ਆਉਂਦੇ ਹੈਗੇ ਹਰ ਵਕਤ ਭੈਣ ਪਾਈ ਜਾਨੀ ਰਹਿੰਦੀ ਹੈਗੀ ਜਾਣ ਜਾਣ ਕੇ ਉਹ ਕਰਦੀ ਹੈਗੀ ਮੈਨੂੰ ਕਿਹੜਾ ਨਹੀਂ ਪਤਾ ਹੈਗਾ ਵੀ ਕਿਉਂ ਇਹ ਸਭ ਕਰਦੀ ਹੈਗੀ ਤੁਸੀਂ ਚਲੋ ਇੱਥੋਂ ਉਹ ਬੇਬੇ ਇਹੋ ਜਿਹਾ ਕੁਝ ਨੀ ਜਿਹੜਾ ਕੁਝ ਤੁਸੀਂ ਸੋਚੀ ਜਾਂਦੇ ਜੀ ਜਾਣਦਾ ਜਾਣਦਾ ਤੈਨੂੰ ਨੀ ਪਤਾ ਹੈਗਾ ਇਹਦਾ ਅਸੀਂ ਜਾਣਦੇ ਹਾਂ ਇਹਨੂੰ ਕਹਿੰਦਾ ਕਿ ਜਿਹੜਾ ਸੋਚੀ ਜਾਂਦੇ ਸਾਰਾ ਕੁਝ ਮੇਰੀ ਅੱਖਾਂ ਦੇ ਸਾਹਮਣੇ ਹੋ ਰਿਹਾ ਮੈਂ ਪੱਟੀ ਬੰਨ ਰੱਖੀ ਹੈਗੀ ਕਿ ਮੈਨੂੰ ਦਿਖਦਾ ਨਹੀਂ ਹੈਗਾ ਮੰਮੀ ਜੀ ਇਹਦੇ ਕਰਕੇ ਨਾ ਇਹਨੇ ਮੇਰਾ ਥੱਪੜ ਵੀ ਮਾਰਿਆ ਇਹ ਗੱਲਾਂ ਚੁੱਕਿਆ ਨੇ ਰੱਖੀ ਲੈਣੀਆਂ ਤੇ ਮਾਰਨਾ ਨਹੀਂ ਸੀ ਇਹਨੂੰ ਪੁੱਛ ਲਓ ਕੀ ਬੋਲੀ ਆ ਕੇ ਜੇ ਤੂੰ ਬਾਰ ਬਾਰ ਇਹਦੇ ਕੋਲ ਜਾਏਗਾ ਤਾਂ ਸ਼ੱਕ ਵਧੂਗਾ ਨਾ ਤੈਨੂੰ ਕੀ ਮਤਲਬ ਹੈ ਇਹਦੇ ਕੋਲ ਆਉਣ ਦਾ ਬਾਰ ਬਾਰ ਉਹ ਫੇਰ ਕੀ ਹੋਇਆ ਭਾਬੀ ਏ ਮੇਰੀ ਅਸੀਂ ਮਰ ਗਏ ਜੇ ਕੋਈ ਦੁੱਖ ਹੈ ਸਾਨੂੰ ਦੱਸ ਤੂੰ ਬਾਰ ਬਾਰ ਇਹਨੂੰ ਕਦੋਂ ਬੁਲਾਉਣੀ ਆ ਉਹ ਨਾਲੇ ਇਹਨੇ ਨਹੀਂ ਬੁਲਾਇਆ ਮੈਂ ਖੁਦ ਆਇਆ ਭਾਬੀ ਦਾ ਹਾਲ ਚਾਲ ਪੁੱਛਣ ਮੰਮੀ ਜੀ ਇਹਨਾਂ ਨੇ ਆਪਣੀ ਸਾੜ ਤਾਂ ਲੈਣੀ ਹੋਈ ਨਹੀਂ ਇਸੇ ਨੂੰ ਸਾਂਭਲਾ ਤੂੰ ਚਲੋ ਉਹ ਭਾਬੀ ਤੂੰ ਐਵੇਂ ਇਹਨਾਂ ਦੀ ਗੱਲਾਂ ਦਾ ਗੁੱਸਾ ਨਾ ਕਰਿਆ ਕਰ ਇਹ ਤਾਂ ਐਵੇਂ ਹੀ ਬੋਲੀ ਜਾਂਦੀਆਂ ਲੱਖੀ ਤੂੰ ਮੇਰੇ ਕਰਕੇ ਆਪਦਾ ਘਰ ਖਰਾਬ ਨਾ ਕਰ ਪਲੀਜ਼ ਤੂੰ ਮੇਰੇ ਕੋਲੇ ਨਾ ਆਇਆ ਕਰ ਚੱਲ ਠੀਕ ਆ ਭਾਬੀ ਜਿਵੇਂ ਤੈਨੂੰ ਸਹੀ ਲੱਗਦਾ ਕੋਈ ਨਾ ਪੁੱਤ ਪ੍ਰਵੀਨ ਹੌਸਲਾ ਰੱਖ ਕੋਈ ਹੋਰ ਕੀ ਕਰਾਂ ਮੰਮੀ ਮੈਂ ਤੁਸੀਂ ਆਪ ਹੀ ਦੱਸੋ ਉਹਨੂੰ ਰੋਣ ਨੂੰ ਕੀ ਹੋਇਆ ਜਾਣ ਜਾਣ ਕੇ ਰੋਂਦੀ ਆਏਗੀ ਲੱਛਣ ਕਰਦੀ ਆ ਇਹ ਤਾਂ ਤੈਨੂੰ ਪਤਾ ਮੈਨੂੰ ਪਤਾ ਪਰ ਲੱਖੀ ਨੀ ਨਾ ਇਸ ਗੱਲ ਨੂੰ ਸਮਝਦਾ ਮੈਨੂੰ ਇਹ ਸਮਝ ਨੀ ਆਉਂਦੀ ਹੈਗੀ ਲੱਖੀ ਕੀ ਚਾਹੁੰਦਾ ਉਹਦੇ ਤੋਂ ਤੁਹਾਨੂੰ ਪਤਾ ਮੰਮੀ ਉਹਨਾਂ ਨੇ ਮੇਰੇ ਇੰਨੀ ਖਿੱਚ ਕੇ ਥੱਪੜ ਮਾਰਿਆ ਮੈਂ ਤਾਂ ਆਪਦੇ ਘਰੇ ਫੋਨ ਕਰਦੀ ਆ ਮੈਂ ਨੀ ਹੁਣ ਇੱਥੇ ਰਹਿੰਦੀ ਹੈਗੀ ਆਪਦਾ ਉਸੇ ਨੂੰ ਰੱਖ ਲੂਗਾ ਸਿਆਣੇ ਬਣੀਦਾ ਹੁੰਦਾ ਉਹ ਤਾਂ ਚਾਹੁੰਦੀ ਹੋਈ ਇਹ ਆ ਵੀ ਤੂੰ ਘਰ ਛੱਡ ਕੇ ਜਾਵੇਂ ਤੇ ਉਹ ਲੱਖੀ ਤੇ ਡੋਰੇ ਪਾਵੇ ਪ੍ਰਵੀਨ ਤੂੰ ਘਰ ਛੱਡ ਕੇ ਜਾਏਂਗੀ ਘਰ ਛੱਡ ਕੇ ਤਾਂ ਇਹਨੂੰ ਭੇਜਾਂਗੇ ਆਪਾਂ ਪਰ ਥੋੜਾ ਸਬਰ ਰੱਖ ਮੰਮੀ ਤੁਸੀਂ ਇਹ ਦੇਖੋ ਖੁਦ ਮੇਰੀ ਸਕੀ ਭੈਣ ਹੋ ਕੇ ਆ ਕੁਛ ਕਰ ਰਹੀ ਹੈਗੀ ਨਾਲੇ ਹੈ ਵੀ ਮੇਰੇ ਤੋਂ ਵੱਡੀ ਮੈਨੂੰ ਸ਼ਰਮ ਨਹੀਂ ਆਉਂਦੀ ਹੈਗੀ ਜੇ ਪੁੱਤ ਨੂੰ ਸ਼ਰਮ ਹੁੰਦੀ ਤਾਂ ਮੇਰਾ ਪੁੱਤ ਕਿਉਂ ਜਾਂਦਾ ਮੇਰੇ ਪੁੱਤ ਨੂੰ ਖਾ ਕੇ ਵੀ ਹਜੇ ਉਹਨੂੰ ਸਬਰ ਨਹੀਂ ਆਉਂਦਾ ਹੁਣ ਦੂਜੇ ਤੇ ਨਿਗਾਹ ਰੱਖੀ ਬੈਠੀ ਆ ਮੈਂ ਤਾਂ ਆਪ ਵੀ ਸੋਚ ਕੇ ਹੈਰਾਨ ਆ ਵੀ ਕੋਈ ਇਸ ਤਰ੍ਹਾਂ ਦਾ ਕਿਵੇਂ ਹੋ ਸਕਦਾ ਹੁਣ ਤੱਕ ਤਾਂ ਮੈਂ ਸਹਿਣ ਕਰ ਗਿਆ ਪਰ ਅੱਗੇ ਤੋਂ ਨਹੀਂ ਮੈਂ ਸਭ ਸਹਿਣ ਕਰ ਸਕਦੀ ਜੋ ਮਰਜ਼ੀ ਕਰਨਾ ਪੈ ਜਾਵੇ ਮੰਮੀ ਹੁਣ ਇਹ ਮੇਰੀ ਕੋਈ ਭੈਣ ਭੂਣ ਨਹੀਂ ਲੱਗਦੀ ਹੈਗੀ ਜਦੋਂ ਇਹ ਆਪ ਹੀ ਨਹੀਂ ਸੋਚਦੀ ਹੈਗੀ ਆਹ ਕੁਛ ਕਰਦੀ ਆਏਗੀ ਦੇਖ ਪ੍ਰਵੀਨ ਮੇਰੀ ਮਜਬੂਰੀ ਦੇਖ ਮੇਰਾ ਜ਼ੁਬਾਨ ਮੁੰਡਾ ਖਾਈ ਬੈਠੀ ਆ ਮੈਂ ਫੇਰ ਵੀ ਉਹਨੂੰ ਜਰੇ ਚੰਨੀ ਆ ਪਰ ਕੋਈ ਨਾ ਮੈਂ ਤੇਰੇ ਨਾਲ ਆ ਤੂੰ ਜਿੱਦਾਂ ਕਰੇਂਗੀ ਹਰ ਵਕਤ ਮੈਂ ਤੇਰਾ ਸਾਥ ਦੂੰਗੀ ਉਹ ਨਾ ਮੂੰਹ ਬਣਾ ਕੇ ਇੰਨੀ ਗਰਮੀ ਚ ਇੱਥੇ ਪੈ ਗਈ ਹੈ ਅੰਦਰ ਨਹੀਂ ਪੈ ਜਾਂਦਾ ਉਹ ਮੈਂ ਤੈਨੂੰ ਕਹਿ ਰਿਹਾ ਹਾਂ ਦੱਸ ਮੈਨੂੰ ਉੱਚਾ ਨਹੀਂ ਸੁਣਦਾ ਹੈਗਾ ਨਾ ਮੂੰਹ ਕਾਹਤੋਂ ਬਣਾ ਲਿਆ ਹੁਣ ਇੱਥੋਂ ਨਾ ਉਹਦਾ ਬਾਗ ਜੋ ਉਹਦੇ ਲਈ ਵੀ ਬੈਠ ਜੋ ਮੇਰਾ ਦਿਮਾਗ ਨਾ ਖਰਾਬ ਕਰ ਠੀਕ ਹੈ ਨਾ ਪ੍ਰਵੀਨ ਦੇਖੋ ਤੇਰੀ ਭੈਣ ਹੈ ਤੇ ਮੇਰੀ ਭਾਬੀ ਹੈ ਤੇ ਫੇਰ ਕੀ ਹੋ ਗਿਆ ਜੇ ਮੈਂ ਉਹਦਾ ਹਾਲ ਚਾਲ ਪੁੱਛ ਲਿਆ ਨਾਲੇ ਉਹਦਾ ਆਪਣੇ ਤੋਂ ਸਵਾਹ ਹੈ ਵੀ ਕੌਣ
ਰਹਿਣ ਦੋ ਆ ਮਸਕੇ ਜੇ ਨਾ ਕਿਤੇ ਹੋਰ ਮਾਰੇ ਜਾ ਕੇ ਸਭ ਪਤਾ ਮੈਨੂੰ ਤੁਹਾਡੇ ਅੰਦਰ ਕੀ ਚੱਲਦਾ ਗਾ ਆ ਜਿਹੜੀਆਂ ਫੀਲਿੰਗਾਂ ਚੱਕੀ ਫਿਰਦੇ ਹੋ ਨਾ ਉਹਦੇ ਲਈ ਮੈਥੋਂ ਨਾ ਲੁਕੋਵੋ ਦਿਖੀ ਰਿਹਾ ਸਾਫ਼ ਸਾਫ਼ ਹੈ ਅੱਜ ਤੱਕ ਤੈਨੂੰ ਮੈਨੂੰ ਕਦੇ ਨਹੀਂ ਸੀ ਕੁਛ ਵੀ ਕਿਹਾ ਉਹਦੇ ਕਰਕੇ ਥੱਪੜ ਮਾਰਿਆ ਮੇਰੇ ਓਏ ਉਹ ਤਾਂ ਤੂੰ ਬੋਲਣ ਲੱਗਾ ਸੋਚ ਲੈਣਾ ਸੀ ਤੇ ਐਨੇ ਕਿਸੇ ਤੇ ਇਲਜ਼ਾਮ ਨਹੀਂ ਲਾਈਦਾ ਕੀ ਕਿਹਾ ਇਹਨੂੰ ਵੀ ਅੱਜ ਤੁਸੀਂ ਇਲਜ਼ਾਮ ਕਹਿ ਰਹੇ ਹੋਗੇ ਹੱਦ ਕਰਦਾ ਰੱਖੀ ਕੀ ਕਹਾਂ ਹੁਣ ਮੈਂ ਚੁੱਪ ਜੀ ਭਲਾਗਾ ਬਸ ਤੂੰ ਜਾ ਇੱਥੋਂ ਮੈਨੂੰ ਨਹੀਂ ਤੇਰੀ ਲੋੜ ਹੈਗੀ ਮੈਂ ਜੀਵਾਂ ਚਾਹੇ ਮਰਾਂ ਤੈਨੂੰ ਕੋਈ ਮਤਲਬ ਨਹੀਂ ਮੇਰੇ ਤੋਂ ਚੱਲ ਠੀਕ ਹੈ ਤੇਰੇ ਦਿਮਾਗ 'ਚ ਜੋ ਕੀੜਾ ਵੜਿਆ ਨਾ ਮੈਨੂੰ ਲੱਗਦਾ ਉਹ ਨਹੀਂ ਨਿਕਲਣਾ ਚੱਲ ਤੂੰ ਜਿਵੇਂ ਮਰਜ਼ੀ ਸੋਚੀ ਜਾ ਹੱਦ ਆ ਲੈ ਉਲਟਾ ਮੈਨੂੰ ਹੀ ਕਹਿ ਰਿਹਾ ਗਾ ਕੋਈ ਗੱਲ ਨਹੀਂ ਬਹੁਤ ਹੋ ਗਿਆ ਪਰ ਹੁਣ ਨਹੀਂ ਜਿਵੇਂ ਇਹ ਚੱਲਣਗੇ ਨਾ ਉਵੇਂ ਸਹੀ ਲੈ ਦੱਸ ਮੈਂ ਤਾਂ ਸਾਰੇ ਦੇਖ ਲਿਆ ਪਤਾ ਨੀ ਕਿੱਥੇ ਆ ਬੈਠੀ ਬੜੀ ਇੱਧਰ ਹੋਰ ਕੀ ਹਾਲ ਆ ਠੀਕ ਹੈ ਸੋਨਾ ਤੂੰ ਦੱਸ ਠੀਕ ਹੈ ਵਧੀਆ ਕਿੱਧਰ ਗਈਆਂ ਚੜੇਲਾਂ ਦਿਸਦੀਆਂ ਨੀ ਸੋਨਾ ਤੈਨੂੰ ਹੀ ਲੱਗਦਾ ਚੜੇਲਾ ਮੇਰੀ ਤਾਂ ਛੋਟੀ ਭੈਣ ਆ ਨਾ ਨਹੀਂ ਨਹੀਂ ਤੂੰ ਤਾਂ ਐਵੇਂ ਉਹਨਾਂ ਦੀਆਂ ਸਾਈਡਾਂ ਲਈ ਜਾਂਦੀ ਰਹਿੰਦੀ ਆ ਆਪ ਤਾਂ ਤੇਰਾ ਉਹ ਬਥੇਰਾ ਉਹ ਕਰਦੀਆਂ ਕਿੱਧਰ ਨਿਕਲੀਆਂ ਅੱਜ ਇੱਥੇ ਬਾਜ਼ਾਰ ਗਈਆਂ ਹੋਣੀਆਂ ਦੇਖ ਲਾ ਆਪ ਫਿਰਦੀਆਂ ਬਾਜ਼ਾਰ ਘੁੰਮਦੀਆਂ ਤੇ ਤੈਨੂੰ ਤੈਨੂੰ ਰੱਖਿਆ ਗੋਲਾ ਧੰਦਾ ਕਰਨ ਵਾਸਤੇ ਇੱਥੇ ਪਕਾਈ ਚੱਲ ਰੋਟੀਆਂ ਸਿੱਟੀ ਚੱਲ ਗੋਹੇ ਕੂੜੇ ਨਹੀਂ ਸੋਨਾ ਤੈਨੂੰ ਐਵੇਂ ਹੀ ਲੱਗਦਾ ਹਨਾ ਮੈਂ ਤਾਂ ਮੇਰੀ ਛੋਟੀ ਭੈਣ ਹੀ ਆ ਚੱਲ ਜਿਵੇਂ ਮਰਜ਼ੀ ਆ ਪਰ ਮੈਨੂੰ ਫਿਰ ਵੀ ਆਉਂਦਾ ਵੀ ਮੇਰੇ ਮਾਂ ਪਿਓ ਨੇ ਪਾਲਿਆ ਮੈਥੋਂ ਛੋਟੀ ਆ ਮੈਨੂੰ ਉਹਦਾ ਮੋਹ ਆਉਂਦਾ ਤਾਂ ਕਰਕੇ ਮੈਂ ਉਹਨੂੰ ਕੁਛ ਕਹਿੰਦੀ ਪਤਾ ਨਹੀਂ ਤੇਰੇ ਤਾਂ ਇਹਨਾਂ ਨੇ ਕੀ ਸਿਰ ਚ ਘੋਲ ਕੇ ਤਬੀਤ ਪਾਏ ਹੈਗੇ ਜਿਹੜਾ ਤੂੰ ਇਹਨਾਂ ਦੇ ਪੂਸ ਮਗਰ ਮਗਰ ਕਰਦੀ ਫਿਰਦੀ ਆ ਸੋਨਾ ਫਿਰ ਮੈਂ ਹੋਰ ਕਰਾਂ ਵੀ ਕੀ ਮੈਂ ਘਰ ਕਿਵੇਂ ਛੱਡਦਾ ਆਪਦੇ ਮਾਂ ਪਿਓ ਨੂੰ ਵੀ ਇਹਨਾਂ ਦੁਖੀ ਤੂੰ ਅੱਧ ਦੀ ਮਾਲਕ ਹੈ ਤੇਰਾ ਅੱਧ ਹੈ ਘਰ ਚ ਤੂੰ ਡਾਂਗ ਖਿੱਚ ਸਕਦੀ ਇਹਨਾਂ ਨੂੰ ਇਹ ਤਾਂ ਭੱਜੀਆਂ ਫਿਰਨਗੀਆਂ ਤੇਰੇ ਮੂਹਰੇ 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 ਕੰਮ ਕਰਦੀਆਂ ਤੂੰ ਇੱਕ ਵਾਰੀ ਕਰਕੇ ਦੇਖ ਮੇਰੇ ਆਖੇ ਨਾ ਸੋਨਾ ਮੇਰੇ ਤੋਂ ਤਾਂ ਨਹੀਂ ਹੋਣਾ ਭੈਣੇ ਗੁੱਸੇ ਰਹੇ ਰਾਜੀ ਰਹੇ ਹੈ ਤਾਂ ਮੇਰੀ ਅੱਖ ਨੂੰ ਛੋਟੀ ਭੈਣ ਆ ਬਸ ਤੂੰ ਤਾਂ ਬਸ ਆਹੀ ਬਸ ਮੈਨੂੰ ਤੇਰੀ ਗੱਲ ਭੈੜੀ ਲੱਗਦੀ ਹੈ ਤੂੰ ਇੱਕ ਤਾਂ ਮੇਰੀ ਗੱਲ ਨਹੀਂ ਮੰਨਦੀ ਕੀ ਕਰਾਂ ਜੇ ਕੋਈ ਬੰਦਾ ਹੋਵੇ ਤਾਂ ਕਮਾਂ ਹੁਣ ਮੇਰਾ ਦਿਓਰਾ ਉਹ ਵਿਚਾਰਾ ਕਿੰਨਾ ਕਰਦਾ ਗਾ ਜਿਨ੍ਹਾਂ ਦੇ ਨਹੀਂ ਬੰਦੇ ਹੈਗੇ ਉਹ ਆਏ ਹੁਣ ਥੱਲੇ ਲੱਗ ਕੇ ਜਾਣਗੇ ਜਮਾਂ ਨਾ ਤੂੰ ਥੱਲੇ ਲੱਗ ਗਏ ਇਹਨਾਂ ਦੇ ਦੇਖ ਕਿਵੇਂ ਮਾਰਦੀਆਂ ਤੇਰੇ ਨਾਲ ਇਹ ਰੋਬ ਇੰਨਾ ਰੋਬ ਅੱਜ ਕੱਲ ਕੋਈ ਨੀ ਸਹਿੰਦਾ ਜਿੰਨਾ ਤੂੰ ਸਹੀ ਆਨੀ ਆ ਤੇਰੀ ਥਾਂ ਤੇ ਮੈਂ ਹੁੰਦੀ ਨਾ ਤਾਂ ਡਾਂਗ ਖਿੱਚੀ ਹੁੰਦੀ ਸਿੱਧੀਆਂ ਕੀਤੀਆਂ ਹੁੰਦੀਆਂ ਪਰ ਤੂੰ ਪਤਾ ਨੀ ਕਿਹੋ ਜਿਹੀ ਮਿੱਟੀ ਦੀ ਬਣੀ ਆ ਤੇਰੇ ਨੀ ਕੋਈ ਦਿਮਾਗ 'ਚ ਗੱਲ ਵੜਦੀ ਅੱਛਾ ਮੈਨੂੰ ਹੁਣ ਪਤਾ ਲੱਗਿਆ ਵੀ ਇਹਨੂੰ ਉਂਗਲਾਂ ਕਿੱਥੋਂ ਲੱਗਦੀਆਂ ਨੇ ਕੋਈ ਗੱਲ ਨੀ ਤੈਨੂੰ ਚੰਗੀ ਤਰ੍ਹਾਂ ਹੀ ਪੁੱਛਦੀ ਆ ਮੈਂ ਆ ਕੇ ਵੀ ਕਿਵੇਂ ਕਿਸੇ ਦੇ ਘਰੇ ਉਂਗਲਾਂ ਲਾਈ ਦੀਆਂ ਨੇ ਗੀਆਂ ਕਿਵੇਂ ਕਿਸੇ ਦਾ ਘਰ ਪਾੜੀ ਦਾ ਅੱਗ ਸਾਰੀ ਇੱਥੋਂ ਲੱਗਦੀ ਆ ਚੱਲ ਚੰਗਾ ਫਿਰ ਮੈਂ ਤਾਂ ਜਾਂਦੀ ਹਾਂ ਜਾਇਆ ਸੋਨਾ ਚਾਹ ਬਣਾ ਦਿੰਦੀ ਬਸ ਰਹਿਣ ਦੇ ਮੈਂ ਤਾਂ ਪੀ ਕੇ ਆਈ ਹਾਂ ਜਾ ਫੇਰ ਆਉਂਗੀ ਠੀਕ ਆ ਓਕੇ ਲੈ ਦੱਸ ਇਹਨੂੰ ਕਿਵੇਂ ਸਮਝਾਵਾਂ ਮੈਂ ਹੁਣ ਮੇਰੀ ਛੋਟੀ ਭੈਣ ਆ ਮੈਂ ਬੜੇ ਲਾਡਾ ਚਾਵਾਂ ਨਾਲ ਪਾਲੀ ਆ ਉਹਨੂੰ ਚੱਲ ਕੋਈ ਨਾ ਜੇ ਅੱਜ ਮੇਰੀ ਸਰੀਕਣ ਬਣ ਕੇ ਬੈਠੀ ਆ ਆਖਰ ਨੂੰ ਹੈ ਤਾਂ ਮੇਰੀ ਭੈਣ ਆ ਨਾ ਚੱਲ ਕੋਈ ਨਾ ਕਦੇ ਤਾਂ ਇਹਨੂੰ ਸਮਝ ਆਊਗੀ ਵੀ ਮੇਰੀ ਵੱਡੀ ਭੈਣ ਆ ਬੇਬੇ ਮੈਂ ਨਾ ਬਾਜ਼ਾਰ ਚੱਲਿਆ ਸੀ
ਤੇ ਕੋਈ ਸਮਾਨ ਲਿਆਉਣਾ ਤਾਂ ਦੱਸ ਦੋ। ਐ ਕਰ ਪੁੱਤ, ਪ੍ਰਵੀਨ ਨੂੰ ਪੁੱਛ ਲੈ ਕੀ ਲੈ ਕੇ ਆਉਣਾ ਵਾ। ਠੀਕ ਆ ਬੇਬੇ। ਪ੍ਰਵੀਨ, ਓ ਪ੍ਰਵੀਨ, ਉਹ ਚੱਲ ਭਾਬੀ ਤੂੰ ਹੀ ਦੱਸ ਦੇ ਕੋਈ ਸਮਾਨ ਲਿਆਉਣ ਵਾਲਾ ਹੈਗਾ ਤਾਂ। ਹਾਂ ਲੱਖੀ, ਉੱਥੇ ਨਾ ਮੈਂ ਲਿਸਟ ਬਣਾਈ ਸੀਗੀ। ਚੱਲ ਵੈਸੇ ਪ੍ਰਵੀਨ ਨੂੰ ਪੁੱਛ ਲਓ ਜੇ। ਓ ਭਾਬੀ ਉਹ ਤਾਂ ਆ ਨਹੀਂ ਰਹੀ, ਚੱਲ ਐਂ ਕਰ ਤੂੰ ਹੀ ਦੱਸ ਦੇ। ਉਹ ਨਾ ਲਿਸਟ ਬਣਾਈ ਪਈ ਆ ਲੱਖੀ ਸੌਦੇ ਦੀ ਤਾਂ, ਤੇ ਐਂ ਕਰੀ ਤੂੰ ਨਾ ਸਬਜ਼ੀ ਲਿਆਈ, ਇੱਕ ਤਾਂ ਕੱਦੂ ਲਿਆਈ, ਖੀਰੇ ਟਮਾਟਰ ਲਸਣ ਤੇ ਬਾਕੀ ਗੋਭੀ ਵੀ ਲਿਆਈ, ਮੈਨੂੰ ਬੜੀ ਪਸੰਦ ਆ। ਠੀਕ ਆ ਭਾਬੀ। ਅੱਛਾ ਨਾ ਹੁਣ ਇਹ ਤੇ ਪਸੰਦ ਦੀਆਂ ਬਣ ਗਈਆਂ ਸਬਜ਼ੀਆਂ ਵੀ ਹੈ, ਜਦ ਮੈਂ ਬੈਠੀ ਇਸ ਘਰ ਦੇ ਵਿੱਚ ਮੈਨੂੰ ਪੁੱਛ ਇਹ ਕੀ ਮਾਲਕਣ ਬਣੀ ਆ ਇਸ ਘਰ ਦੀ। ਮੇਰੀ ਗੱਲ ਸੁਣ ਲੈ, ਤੈਨੂੰ ਮੈਂ ਕਿੰਨੇ ਕੁ ਵਾਰੀ ਕਹਾਂ ਵੀ ਭਾਈ ਤੂੰ ਇਸ ਤੋਂ ਦੂਰ ਰਿਹਾ ਕਰ, ਦੂਰ ਰਿਹਾ ਕਰ, ਪਰ ਨਾ ਜਾਣ ਜਾਣ ਕੇ ਬਹਾਨੇ ਭਾਲਦੇ ਨੇ ਇੱਕ ਦੂਜੇ ਦੇ ਲਵੇ ਆਉਂਦੇ, ਮੈਨੂੰ ਕਿਹੜਾ ਨਹੀਂ ਪਤਾ, ਜਵਾਕੜੀ ਨਹੀਂ ਹੈਗੀ ਮੈਂ। ਤੈਨੂੰ ਮੈਂ ਆਵਾਜ਼ ਮਾਰੀ ਸੀ, ਤੂੰ ਆਈ ਕਾਹਤੋਂ ਨਹੀਂ ਫਿਰ? ਆ ਜਾਂਦੀ ਫਿਰ ਕਿੱਡੀ ਕੁ ਵੱਡੀ ਗੱਲ ਹੋ ਗਈ, ਹਰ ਤਰੀਕੀ ਟ੍ਰੇਨ ਲੰਘੀ ਜਾਂਦੀ ਸੀਗੀ ਵੀ ਉਹ ਛੁੱਟ ਜਾਂਦੀ, ਤੂੰ ਬੱਸ ਤੇ ਜਾਣਾ ਸੀ ਤਾਂ। ਨਾਲ ਲੱਕੀ ਤੂੰ ਤਾਂ ਹੱਦ ਕਰਦਾ, ਜੇ ਤੈਂ ਆਵਾਜ਼ ਮਾਰੀ ਸੀ 2 ਮਿੰਟ ਖੜ ਜਾਂਦਾ, ਕਿਤੇ ਘਰੋਂ ਬਾਹਰ ਤਾਂ ਨਹੀਂ ਸੀ ਉਹ। ਆ ਦੇਖ ਲਓ ਮੰਮੀ, ਹੁਣ ਤਾਂ ਸਾਰਾ ਕੁਝ ਤੁਹਾਡੀ ਅੱਖਾਂ ਦੇ ਸਾਹਮਣੇ ਹੋ ਰਿਹਾ ਨਾ। ਵੇਖੀ ਜਾਨੀ ਆ ਮੈਂ ਵੀ, ਇਹ ਵੀ ਬਹਾਨੇ ਭਾਲਦਾ ਇਹਦੇ ਨਾਲ ਗੱਲ ਕਰਨ ਦੇ, ਤੇ ਇਹ ਇਹ ਤਾਂ ਬਿਲਕੁਲ ਨਹੀਂ ਪਿੱਛੇ ਰਹਿੰਦੀ ਗੱਲ ਕਰਨ ਦੇ ਨਾਲ। ਇੰਨਾ ਉਹ ਕਰਦੀ ਸੀ ਵੀ ਮੇਰੀ ਵੱਡੀ ਭੈਣ ਆ ਵੱਡੀ ਭੈਣ ਆ, ਪਰ ਸੱਚ ਦੱਸਾਂ ਨਾ ਹੁਣ ਤਾਂ ਇਹ ਮੇਰੀ ਸੋਤਨ ਬਣਨ ਨੂੰ ਫਿਰਦੀ ਆ। ਦੇਖ ਲੱਛਣ ਇਹਦੇ ਕੀ ਹਾਲ ਕਰਦੀ ਆ, ਮਾੜਾ ਜਿਹਾ ਕੁਛ ਕਹਿ ਦੋ ਤਾਂ ਕੰਮ ਸਿੱਟ ਕੇ ਵਗ ਜਾਂਦੀ ਹੈਗੀ। ਫੇਰ ਕੀ ਹੋ ਗਿਆ ਜੇ ਮੈਂ ਭਾਬੀ ਨੂੰ ਪੁੱਛ ਲਿਆ, ਤੁਸੀਂ ਤਾਂ ਗੱਲਾਂ ਦੇ ਪਹਾੜ ਹੀ ਬਣਾ ਲੈਂਦੀਆਂ ਜੇ। ਅੱਛਾ ਦੇਖ ਲਓ ਮੰਮੀ ਜੀ, ਹਜੇ ਕੁਛ ਹੋਇਆ ਹੀ ਨਹੀਂ, ਨਾ ਹੋਰ ਵੀ ਕੁਛ ਦਿਖਾਉਣਾ ਬਾਕੀ ਹੈ। ਉਹ ਚੰਗਾ ਪਾਪਾ, ਤੁਹਾਡਾ ਦਿਮਾਗ ਤਾਂ ਨਾ ਟੇਢਾ ਟੇਢਾ ਹੀ ਰਹਿਣਾ, ਮੈਂ ਚੱਲਦਾ। ਅਸੀਂ ਤਾਂ ਉਹਨੂੰ ਲੈ ਜਾ ਤੇ ਮੱਥਾ ਮਾਰਦੀਆਂ ਨਾ, ਲੈ ਜਾ ਉਹਨੂੰ, ਉਹਦੇ ਮਨਪਸੰਦ ਦੀ ਚੀਜ਼ਾਂ ਵੀ ਦਵਾੜੇ। ਫਿਰ ਕਹਿੰਦੇ ਨੇ ਕਿ ਬੋਲਦੀ ਆ, ਬੋਲਣ ਤਾਂ ਹੋਰ ਦੱਸ ਕੀ ਕਰਾਂ ਮੈਂ। ਮੰਮੀ ਜੀ ਮੇਰੇ ਤਾਂ ਹੁਣ ਸਿੱਧੇ ਉੱਤੇ ਦੀ ਪਾਣੀ ਲੰਘ ਰਿਹਾ, ਠੀਕ ਹੈ ਨਾ, ਜੇ ਕੁਛ ਮਾੜਾ ਚੰਗਾ ਹੋ ਗਿਆ ਫਿਰ ਮੈਨੂੰ ਨਾ ਕਿਹੋ, ਮੈਥੋਂ ਨਹੀਂ ਇਹ ਸਭ ਚੀਜ਼ਾਂ ਦੇਖੀਆਂ ਜਾਂਦੀਆਂ ਹੈਗੀਆਂ। ਤਾਂ ਕਰਾ ਕੇ ਹਟੂ ਪ੍ਰਵੀਨ ਕੁਛ ਨਾ ਕੁਛ। ਹਾਂ ਇਹੀ ਤਾਂ ਇਹ ਚਾਹੁੰਦੀ ਆ, ਹੋਰ ਕੀ ਚਾਹੀਦਾ ਇਹਨੂੰ, ਜੇ ਤਾਂ ਕਦਮ ਮਰਵਾ ਕੇ ਪਿੱਛਾ ਛੱਡੂਗੀ ਸਾਡਾ। ਉੱਤੋਂ ਦੀ ਇਹ ਹੈ ਜਾਂ ਹੋ ਰਿਹਾ ਗਾ। ਹਾਂ ਭੈਣੇ ਅੱਜ ਕਿਵੇਂ ਆਉਣਾ ਹੋ ਗਿਆ? ਕੰਮ ਆਈ ਸੀ ਭੈਣੇ ਮੈਂ ਤੇਰੇ ਕੋਲੇ। ਅੱਛਾ ਹਾਂ ਦੱਸ, ਮੈਂ ਕੋਈ ਗੱਲ ਪੁੱਛਾਂ, ਤੈਨੂੰ ਬੁਰਾ ਤਾਂ ਨਹੀਂ ਮੰਨਦੀ? ਨਹੀਂ ਮੰਨਦੀ ਭੈਣੇ। ਹਾਂ ਦੱਸ ਕੀ ਹੋ ਗਿਆ, ਇਹੋ ਜਿਹੀ ਕੀ ਗੱਲ ਹੋ ਗਈ? ਮੈਨੂੰ ਐਂ ਦੱਸ ਤੂੰ ਸਾਡੀ ਬਹੂ ਨਾਲ ਕੀ ਗੱਲਾਂ ਕਰਦੀ ਹੁੰਨੀ ਆ? ਇਹੋ ਜਿਹੀਆਂ ਮੈਂ ਤੇਰੀ ਬਹੂ ਨਾਲ ਗੱਲਾਂ ਕੀ ਕਰ ਲਾਂਗਾ? ਗੱਲਾਂ ਤੂੰ ਕਰਦੀ ਆ, ਮੈਂ ਖੁਦ ਸੁਣਿਆ ਕੰਨੀ, ਹੁਣ ਤੂੰ ਮੁੱਕਰ ਨਾ ਗੱਲਾਂ ਤੋਂ। ਮੈਂ ਦੇਖ ਲਾ ਕੋਈ ਗੱਲ ਨੀ ਕਰੀ, ਤੇਰੀ ਨੋ ਨਾ ਮੇਰੀ ਲਿਆਜ, ਚੱਲ ਮੈਂ ਲਿਆਇਆ ਤੌਰ ਤੇ, ਚੱਲ ਮੈਂ ਬੰਦਾ ਜਾਂਦਾ ਹੀ ਆ, ਉਹਦੇ ਤੇ ਚੱਲ ਵਕਤ ਪੈ ਗਿਆ, ਤੁਹਾਡੇ ਤੇ ਵਕਤ ਪੈ ਗਿਆ, ਚੱਲ ਮੈਂ ਗਈ ਆ, ਚੱਲ ਬੰਦਾ ਦੁੱਖ ਸੁੱਖ ਪੁੱਛਣ ਜਾ ਹੀ ਵੜਦਾ, ਫਿਰ ਇਹਦੇ ਚ ਕੀ ਹੋ ਗਿਆ? ਲਿਆਜ ਤਾਂ ਤੇਰੀ ਵੱਖ ਰਹਿ ਗਈ, ਜਿਹੜੀਆਂ ਤਾਂ ਚੁਗਲੀਆਂ ਲਾਉਣੀਆਂ ਨੂੰ, ਜਦੋਂ ਮੈਂ ਜਿਉਂਦੀ ਜਾਗਦੀ ਬੈਠੀ ਆ, ਤੇਰਾ ਮਤਲਬ ਕੀ ਆ ਮੇਰੀ ਨੂੰਹ ਬੁਲਾਉਣ ਦਾ? ਤੂੰ ਜੇ ਕੋਈ ਗੱਲ ਆ ਤੂੰ ਮੇਰੇ ਨਾਲ ਕਰਾ ਕੇ ਨਾ, ਫਿਰ ਕੋਈ ਗੱਲ ਹੋ ਗਈ ਤਾਂ ਮੈਨੂੰ ਫਿਰ ਉਹ ਵੀ ਦੱਸ। ਭੈਣੇ ਮੇਰੀ ਗੱਲ ਸੁਣ, ਸਾਡੇ ਘਰ ਦੇ ਮਾਮਲੇ ਵਿੱਚ ਤੈਨੂੰ ਪੈਣ ਦੀ ਲੋੜ ਨਹੀਂ, ਤੇਰੀਆਂ ਉਂਗਲਾਂ ਕਰਕੇ ਸਾਡੀ ਨੂੰਹ ਘਰੋਂ ਬਾਹਰ ਹੋਈ ਪਈ ਆ। ਤੈਨੂੰ ਕਿਹਨੇ ਕਿਹਾ? ਮੈਂ ਕੰਨੀ ਸੁਣੀ ਆ, ਮੈਂ ਆਪ ਵੇਖਿਆ ਤੈਨੂੰ ਗੱਲ ਕਰਦੀ ਨੂੰ, ਤੇਰਾ ਕੀ ਮਤਲਬ ਜਦੋਂ ਅਸੀਂ ਘਰੇ ਨਹੀਂ ਹੁੰਦੀਆਂ, ਤੇਰਾ ਕੀ ਮਤਲਬ ਮੇਰੀ ਨੂੰਹ ਕੋਲ ਜਾ ਕੇ ਗੱਲਾਂ ਕਰਨ ਦਾ? ਚਲ ਉਹ ਤਾਂ ਮੈਂ ਕਦੇ ਚੱਲ ਜਾਵੜੀ ਉਹਦੇ ਨਾਲ ਮੇਰੀ ਲਿਆ ਜਾ, ਜਦੋਂ ਮੈਂ ਤੁਹਾਨੂੰ ਦੱਸਿਆ ਹੀ ਆ। ਇਹ ਨਹੀਂ ਗੱਲਾਂ ਪੁੱਗਦੀਆਂ, ਮੇਰੀ ਗੱਲ ਸੁਣ ਲੈ, ਜੇ ਅਸੀਂ ਘਰੇ ਹੈਗੇ ਵਸਕਦੀ ਆ, ਤੇਰੀ ਲਿਆਜ ਮੇਰੇ ਨਾਲ ਹੋਣੀ ਚਾਹੀਦੀ, ਮੇਰੇ ਨੂੰਹਾਂ ਨਾਲ ਥੋੜੀ ਤੂੰ ਲਿਆਜ ਰੱਖੇਂਗੀ? ਚਲ ਕੋਈ ਨੀ ਭੈਣੇ, ਗੁੱਸਾ ਨਾ ਕਰ, ਤੇਰੀਆਂ ਨੂੰਹਾਂ ਮੇਰੀਆਂ ਕੁਛ ਲੱਗਦੀਆਂ ਹੀ ਆ। ਮੈਂ ਫੇਰ ਹੀ ਗਈ ਸੀ ਹਮਦਰਦੀ ਚ,
ਚੱਲ ਭੈਣੇ ਜੀ ਸਦ ਕੇ ਆ, ਮੈਂ ਨੀ ਕਹਿੰਦੀ, ਦੁੱਖ ਸੁੱਖ ਆਸ ਗੁਆਂਢੀ ਬਣਾਉਣ ਆਉਂਦਾ ਦੇਖ ਹਨਾ, ਤੂੰ ਆ ਜਾ, ਮੈਨੂੰ ਕੋਈ ਉਹ ਨੀ ਹੈਗਾ। ਬਸ ਭੈਣ ਬਣ ਕੇ ਮੇਰੇ ਹੱਥ ਜੋੜ ਕੇ ਬੇਨਤੀ ਆ ਵੀ ਮੇਰੀ ਨੂੰਹਾਂ ਨੂੰ ਕੋਈ ਇੱਧਰ ਉੱਧਰ ਦੀਆਂ ਗੱਲਾਂ ਨਾ ਕਰਿਆ ਕਰ, ਸਾਡੇ ਘਰੇ ਤਾਂ ਪਹਿਲਾਂ ਹੀ ਬਹੁਤ ਕਲੇਸ਼ ਪੈ ਰਿਹਾ, ਤੈਨੂੰ ਪਤਾ ਕਿੱਦਾਂ ਹਾਦਸਾ ਮੇਰੇ ਨਾਲ ਹੋ ਕੇ ਹਟਿਆ, ਤੂੰ ਵੀ ਜਾਣਦੀ ਆ ਦੇਖ ਹਨਾ। ਬਸ ਭੈਣੇ ਇਹੀ ਕਹਿੰਦੇ ਜੀ ਸਦ ਕੇ ਆ, ਕੋਈ ਗੱਲ ਨੀ, ਬਸ ਜਿਹੜੀ ਵੀ ਗੱਲ ਆ ਹੁਣ ਮੇਰੇ ਨਾਲ ਕਰ ਲਿਆ ਕਰ, ਠੀਕ ਹੈ ਨਾ। ਚੰਗਾ ਭੈਣੇ, ਠੀਕ ਹੈ। ਲੈ ਦੇਖ ਲਾ ਇਹਦਾ ਨਾ ਹੰਕਾਰ ਟੁੱਟਿਆ, ਐਡੀ ਵੱਡੀ ਕੱਲ ਮੌਤ ਹੋ ਕੇ ਹਟੀ ਹੈਗੀ, ਕਿਵੇਂ ਲੜਦੀ ਫਿਰਦੀ ਆ, ਨੂੰਹਾਂ ਇਹਦੀਆਂ ਨੀ ਵਸ ਚ, ਦੂਜਿਆਂ ਨੂੰ ਕਹਿੰਦੀ ਫਿਰਦੀ ਆ। ਪਰਵੀਨਾ ਉੱਠ, ਕੜ ਪਈਆਂ, ਰੋਟੀ ਨੀ ਖਾਣੀ? ਉਹ ਤੈਨੂੰ ਸੁਣਦਾ ਨੀ, ਮੈਂ ਕੀ ਕਹੀ ਜਾਂਦਾ, ਤੈਨੂੰ ਮੈਂ ਕਹਿਣਾ ਰੋਟੀ ਲੈ ਕੇ ਆ। ਅੱਛਾ ਹੁਣ ਮੈਂ ਲੈ ਕੇ ਆਵਾਂ ਰੋਟੀ, ਉਸੇ ਦੇ ਹੱਥਾਂ ਦੀਆਂ ਖਾਣਾ, ਨਾਲੇ ਟਾਈਮ ਦੇਖੀ ਕਿਹੜਾ ਹੋਇਆ, ਆ ਹੁਣ ਰੋਟੀ ਦਾ ਟਾਈਮ ਆਗਾ, ਦੇ ਦੇਵਾਂ ਤੈਨੂੰ ਨਾਨ ਬਣਾ ਕੇ ਮੈਂ ਹੁਣੇ। ਠੀਕ ਹੈ ਨਾ, ਮੈਂ ਹੁਣ ਉਹਦੇ ਤੋਂ ਰੋਟੀ ਮੰਗਾ, ਨਾਲੇ ਮੇਰਾ ਹੱਕ ਬਣਦਾ ਉਹਦੇ ਤੋਂ ਰੋਟੀ ਮੰਗਣ ਦਾ। ਅੱਛਾ ਹੋਰ ਸਾਰੇ ਹੱਕ ਤਾਂ ਹੈਗੇ ਨੇਗੇ, ਕੱਲ ਰੋਟੀ ਮੰਗਣ ਦਾ ਹੀ ਹੱਕ ਨਹੀਂ ਹੈਗਾ ਹੈ। ਬੜੇ ਦਿਨ ਹੋ ਗਏ ਮੈਨੂੰ ਤੇਰੀ ਬੱਕ ਬੱਕ ਸੁਣਦੇ ਨੇ, ਤੇ ਐਵੇਂ ਨਾ ਮੈਂ ਤੋਂ ਬਿਨਾਂ ਵਜ੍ਹਾ ਜੁੱਤੀਆਂ ਨਾ ਖਾ ਲਈ ਤੂੰ। ਅੱਛਾ ਹੁਣ ਉਹਦੇ ਕਰਕੇ ਮੇਰੀ ਜੁੱਤੀਆਂ ਵੀ ਰਹੋਗੇ ਤੁਸੀਂ, ਐ ਕਰਦੀ ਆ ਮੈਂ ਤਲਾਕ ਦੇ ਦਿੰਦੀ ਆ, ਉਹਨੂੰ ਵਸਾ ਲਿਓ ਆਪਦੇ ਘਰੇ, ਹੋਰ ਕੀ ਆਹੀ ਚਾਹੁੰਦੇ ਹੋ ਤੁਸੀਂ? ਤੂੰ ਚੁੱਪ ਹੋ ਜਾ ਕਿ ਮੈਂ ਤੋਂ ਸੇਵਾ ਕਰਵਾਉਣੀ ਆ। ਰਹਿਣ ਦੋ ਜੇ ਮੈਂ ਸੱਚੀ ਗੱਲ ਕਹਿ ਦਿੰਦੀ ਆ ਨਾ ਫਿਰ ਮਿਰਚਾਂ ਲੜਦੀਆਂ ਨੇਗੀਆਂ। ਮੈਂ ਜਦੋਂ ਦੇਖ ਲਓ ਤੁਸੀਂ ਭਾਬੀ ਦੇ ਪੇਸ਼ ਕਿਉਂ ਪਈਆਂ ਰਹਿੰਦੀਆਂ ਜੀ, ਨਾਲੇ ਮੈਨੂੰ ਸਮਝ ਨਹੀਂ ਆਉਂਦੀ ਤੂੰ ਉਹਦੀ ਸੱਤੀ ਭੈਣ ਹੈ, ਉਹ ਵਿਚਾਰੀ ਦਾ ਕੀ ਮਾੜਾ ਕੀਤਾ ਤੁਹਾਡਾ? ਅੱਛਾ ਉਹਨੇ ਤਾਂ ਕੁਛ ਮਾੜਾ ਕੀਤਾ ਹੀ ਨਹੀਂ, ਅਸੀਂ ਉਹ ਮਾੜੇ ਆ, ਨਾਲੇ ਤੈਨੂੰ ਕੁਛ ਜ਼ਿਆਦਾ ਹੀ ਹੈਜ ਨਹੀਂ ਮਾਰਦਾ ਉਹਦਾ, ਹੇਜ ਤਾਂ ਆਪੇ ਆਊਗਾ, ਮੈਂ ਕਿਹੜਾ ਕੁਛ ਲੱਗਦੀ ਆ, ਹੱਕ ਜੋ ਸਾਰੇ ਉਹਨੂੰ ਦੇ ਰੱਖੇ ਨੇਗੇ। ਬਹੁਤ ਦਿਨ ਤਾਂ ਮੈਨੂੰ ਹੋ ਗਏ ਦੇਖਦੀ ਨੂੰ, ਹੁਣ ਦੇਖੀ ਚੱਲੋ ਅੱਗੇ ਅੱਗੇ ਕੀ ਬਣਦਾ ਗਾ, ਕਰਦੀ ਆਪਦੀ ਮਾਂ ਨੂੰ ਫੋਨ, ਮੈਂ ਵੀ ਇਕੱਠ ਕਰੂੰਗੀ ਹੁਣ, ਹਾਂ ਦੱਸੂਗੀ ਕੋ ਤੁੱਤਾ ਤੁਹਾਡੀਆਂ ਦੋਹੇ ਜਣੇ ਦੀਆਂ, ਮੈਨੂੰ ਤਾਂ ਕਹਿਤਾ ਕਿ ਭੈਣਾਂ ਦੇ ਉਹਨੂੰ ਨੀ ਦਿਖਦਾ ਹੈਗਾ, ਅਭੀ ਆਪਦੀ ਭੈਣ ਦਾ ਘਰ ਵੱਟਦੀ ਫਿਰਦੀ ਆ ਉਹ, ਹੈਂ ਉਹਦੇ ਬੜੇ ਤੁਸੀਂ ਦਿਲਾਸੇ ਦਿੰਦੇ, ਬੜੇ ਮੋਢੇ ਤੇ ਹੱਥ ਰੱਖਦੇ ਹੋ, ਮੈਨੂੰ ਅੱਜ ਤੱਕ ਦਿਲਾਸਾ ਦਿੱਤਾ ਕਦੇ, ਰੱਖੇ ਮੇਰੇ ਮੋਢੇ ਤੇ ਹੱਥ, ਕਰਦੀ ਆ ਮਾਂ ਨੂੰ ਫੋਨ, ਉਹਨਾਂ ਨੂੰ ਵੀ ਪਤਾ ਲੱਗੇ ਤੁਹਾਡੀ ਕੋ ਤੂਤ ਦਾ। ਕਰ ਲਾ ਜਿਹਨੂੰ ਮਰਜ਼ੀ, ਤੁਸੀਂ ਨਾ ਸੁੱਖ ਦਾ ਸਾਹ ਲੈਣ ਦਿਓ ਮੈਨੂੰ। ਤੁਸੀਂ ਹੋ ਜੋ ਸਰੇ ਆਮ ਉਹਦੇ ਨਾਲ, ਇੱਕ ਤਾਂ ਮਾਂ ਫੋਨ ਹੀ ਨਹੀਂ ਚੱਕਦੀ ਜਦ ਮਰਜ਼ੀ ਫੋਨ ਲਾ, ਕੀ ਗਾ ਇਹਨਾਂ ਦਾ, ਮੈਂ ਜਦ ਵੀ ਔਖੇ ਟਾਈਮ ਤੇ ਫੋਨ ਕਰਕੇ ਚੱਕਦੀ ਹੋਈ ਨਹੀਂ, ਮੁੰਡੇ ਦੇ ਨੂੰ ਕਰਕੇ ਦੇਖਾ ਫੋਨ। ਨਾ ਕੀ ਗੱਲ ਵੀਰੇ ਤੂੰ ਕੱਲਾ ਗਿਆ, ਮਾਂ ਨੂੰ ਕਿਉਂ ਨਹੀਂ ਲੈ ਕੇ ਆਇਆ? ਉਹ ਮਾਂ ਬਿਮਾਰ ਹੈਗੀ ਸੀ। ਬਿਮਾਰ ਬੰਦੇ ਨੇ ਸੌ ਤਰ੍ਹਾਂ ਦੀ ਗੱਲਬਾਤ ਕਰਨੀ ਹੁੰਦੀ ਹੈਗੀ, ਨਾ ਤੂੰ ਰਾਤ ਗੱਲ ਕਰਾਈ ਆ ਮਾਂ ਨਾਲ, ਉੱਤੇ ਦੀ ਮਾਂ ਨੂੰ ਫੋਨ ਲਾਈ ਜਾਨੀ ਉਹ ਨਹੀਂ ਚੱਕਦੀ ਹੈਗੀ। ਚੱਲ ਭੈਣੇ ਟੈਨਸ਼ਨ ਕਿਉਂ ਲੈ ਰਹੀ ਹੈ, ਮੈਂ ਤਾਂ ਆ ਗਿਆ ਨਾ। ਟੈਨਸ਼ਨਾਂ ਤਾਂ ਪਈ ਪਵਾਈਆਂ ਨੇ, ਮੈਂ ਕਿਹੜਾ ਜਾਣ ਬੁੱਝ ਕੇ ਲੈਣੀ ਹੈਗੀ, ਮੇਰੀ ਗੱਲ ਸੁਣ ਵੀਰੇ, ਮਾੜਾ ਮੋਟਾ ਨੂੰ ਭੈਣ ਨੂੰ ਸਮਝਾ ਦੇ, ਸਮਝਾਇਆ ਜਾਂਦਾ ਠੀਕ ਹੈ ਨਾ? ਲੈ ਹੋਇਆ ਕੀ ਹੈ? ਉਹੀ ਤਾਂ ਕਹਿੰਦੇ, ਮੈਂ ਤਾਂ ਤੈਨੂੰ ਦੱਸ ਵੀ ਨਹੀਂ ਸਕਦੀ ਜਿਹੜਾ ਕੁਛ ਉਹਨੇ ਕਰਕੇ ਇੱਥੇ ਇਸ ਘਰ ਦੇ ਵਿੱਚ। ਜੇ ਦੱਸੇਂਗੀ ਤਾਂ ਹੀ ਪਤਾ ਲੱਗੂਗਾ।
ਜੇ ਮੈਂ ਬੋਲਤਾ ਫਿਰ ਤੂੰ ਕਹੇਗਾ ਵੀ ਐ ਬੋਲਦੀ ਹੈਗੀ ਜਾਣ ਜਾਣ ਕੇ ਨਾ ਲੱਖੀ ਦੇ ਨਾਲ ਉਹ ਕਰਦੀ ਫਿਰਦੀ ਹੈਗੀ ਉਹ ਹੈ ਬਹਾਨੇ ਲੱਭਦੀ ਹੈਗੀ ਕਿ ਮੇਰੇ ਕੋਲ ਆਵੇ ਆਪਦਾ ਤਾਂ ਉਹਨੇ ਬੰਦਾ ਛੱਡਿਆ ਨਹੀਂ ਹੈਗਾ ਹੁਣ ਮੇਰੇ ਬੰਦੇ ਤੇ ਅੱਖ ਰੱਖ ਰੱਖੀ ਹੈਗੀ ਪ੍ਰਵੀਨ ਕੋਈ ਸ਼ਰਮ ਕਰ ਲਾ ਤੂੰ ਵੀਰੇ ਮੈਂ ਕਾਹਦੀ ਸ਼ਰਮ ਕਰਾਂ ਸ਼ਰਮ ਤਾਂ ਉਹਨੂੰ ਕਰਨੀ ਚਾਹੀਦੀ ਹੈਗੀ ਜਿਹੜਾ ਆਹ ਕੁਛ ਕਰ ਰਹੀ ਹੈਗੀ ਭੈਣਾਂ ਨਾਲ ਤਾਂ ਉਹਨੇ ਕੋਈ ਰਿਸ਼ਤਾ ਹੀ ਨਹੀਂ ਰੱਖਿਆ ਹੈਗਾ ਚੱਲ ਕੋਈ ਨਾ ਸੱਚੀ ਇਹ ਗੱਲ ਆ ਵੀਰੇ ਮੈਂ ਝੂਠ ਬੋਲੂੰਗੀ ਮਜ਼ਾਕ ਕਰੂੰਗੀ ਇਹੋ ਜਿਹੀਆਂ ਗੱਲਾਂ ਤੇ ਮੇਰੇ ਤਾਂ ਘਰ ਉੱਜੜਨ ਤੇ ਆ ਰਿਹਾ ਹੈਗਾ ਭੈਣੇ ਮੈਨੂੰ ਤਾਂ ਯਕੀਨ ਹੀ ਨਹੀਂ ਹੋ ਰਿਹਾ ਤੂੰ ਆਪਦਾ ਉਹਦੇ ਨਾਲ ਪਹਿਲਾਂ ਜਾ ਕੇ ਕੱਲੀ ਨਾਲ ਗੱਲ ਕਰ ਲੈ ਵੀ ਕੀ ਕਹਿੰਦੀ ਹੈ ਪੁੱਛ ਲਾ ਉਹਦੇ ਤੋਂ ਠੀਕ ਆ ਨਹੀਂ ਐਵੇਂ ਵਾਧੂ ਤੋਂ ਮੇਰੇ ਦੇਖ ਮੇਰੇ ਤੋਂ ਹੈਗੀ ਉਹ ਵੱਡੀ ਮੇਰੇ ਤੋਂ ਹੱਥ ਚੱਕਿਆ ਜਾਊਗਾ ਫਿਰ ਤੁਸੀਂ ਕਹੋਗੇ ਵੀ ਪ੍ਰਵੀਨ ਆ ਕੁਛ ਕਰਦੀ ਆ ਇਹ ਸਾਰਾ ਕੁਛ ਉਹਦੇ ਲੱਛਣਾਂ ਕਰਕੇ ਆਊਗਾ ਜੇ ਟਿਕਦੀ ਹੈ ਟਿਕਾ ਲਓ ਉਹਨੂੰ ਚੱਲ ਤੂੰ ਭੈਣੇ ਟੈਨਸ਼ਨ ਨਾ ਲੈ ਮੈਂ ਕਰਦਾ ਗੱਲ ਉਹਦੇ ਨਾਲ ਹਾਂ ਲੈ ਹੱਦ ਕਰਦਾ ਵੀ ਮੇਰੀ ਸਾਈਡ ਤੇ ਕੀ ਲੈਣੀ ਸੀ ਉਲਟਾ ਕੇ ਉਹ ਸਿੱਧੀ ਸਾਈਡ ਲੈ ਰਿਹਾ ਪਤਾ ਨਹੀਂ ਇਹੋ ਜਿਹਾ ਉਹਨੇ ਕੀ ਤਾਂ ਕਰਖਿਆ ਕੀ ਨਾ ਮੈਨੂੰ ਇਹਨਾਂ ਦੀ ਸਮਝ ਨਹੀਂ ਆਉਂਦੀ ਹੈਗੀ ਲੋਕ ਸਹੀ ਹੋ ਕਹਿੰਦੇ ਨੇ ਅੱਜ ਦੇ ਟਾਈਮ ਦੇ ਵਿੱਚ ਨਾ ਇਹੋ ਜਿਹਾ ਦਾ ਹੀ ਟਾਈਮ ਆਗਾ ਚੰਗੇ ਬੰਦੇ ਨੂੰ ਕੌਣ ਪੁੱਛਦਾ ਹੋਰ ਭੈਣੇ ਕਿਵੇਂ ਆ ਸਤਿ ਸ਼੍ਰੀ ਅਕਾਲ ਵੀਰੇ ਠੀਕ ਆ ਸਤਿ ਸ਼੍ਰੀ ਅਕਾਲ ਹੋਰ ਠੀਕ ਆ ਹਾਂ ਵੀਰੇ ਠੀਕ ਆ ਤੁਸੀਂ ਦੱਸੋ ਮੰਮੀ ਡੈਡੀ ਕਿੱਥੇ ਸੀ ਉਹ ਬਸ ਵਧੀਆ ਮੰਮੀ ਥੋੜੀ ਬਿਮਾਰ ਹੈਗੀ ਆ ਨਹੀਂ ਤਾਂ ਉਹਨੇ ਵੀ ਨਾਲ ਆਉਣਾ ਸੀ ਹਾਂ ਇਹ ਤਾਂ ਮੈਨੂੰ ਪਤਾ ਮੈਂ ਫੋਨ ਕੀਤਾ ਸੀ ਮੰਮੀ ਨੂੰ ਤਾਂ ਹੀ ਕਰਕੇ ਮੈਂ ਵੀ ਨਹੀਂ ਆਈ ਭੈਣੇ ਮੈਨੂੰ ਪ੍ਰਵੀਨ ਭੈਣ ਨੇ ਦੱਸਿਆ ਇਹ ਜਿਹੜਾ ਕੁਛ ਇਸ ਘਰ 'ਚ ਚੱਲ ਰਿਹਾ ਸਹੀ ਨਹੀਂ ਚੱਲ ਰਿਹਾ ਇਹ ਸਹੀ ਨਹੀਂ ਚੱਲ ਰਿਹਾ ਕੀ ਨਹੀਂ ਸਹੀ ਚੱਲ ਰਿਹਾ ਉਹ ਭੈਣੇ ਮੈਨੂੰ ਸਭ ਪਤਾ ਹੈ ਦੇਖ ਰਾਜ ਭੈਣੇ ਮੈਂ ਬਾਲਾ ਬੋਲਦਾ ਚੰਗਾ ਨਹੀਂ ਲੱਗਦਾ ਬਾਕੀ ਪ੍ਰਵੀਨ ਨੇ ਦੱਸਿਆ ਉਹ ਸੱਚ ਹੈ ਕੀ ਸੱਚ ਹੈ ਵੀਰੇ ਬੇ ਉਹੀ ਲੱਖੇ ਬਾਈ ਨਾਲ ਤੁਹਾਡਾ ਤੂੰ ਇਹ ਕੀ ਕਹਿ ਰਿਹਾ ਜੱਸੇ ਮੈਨੂੰ ਤੇਰੇ ਤੋਂ ਆਹ ਉਮੀਦ ਨਹੀਂ ਸੀ ਕਿ ਤੂੰ ਪ੍ਰਵੀਨ ਦੀਆਂ ਗੱਲਾਂ ਚਾ ਕੇ ਮੈਨੂੰ ਇੰਨਾ ਕੁਛ ਕਹੇਗਾ ਤੂੰ ਵੀ ਉਹਦੀਆਂ ਗੱਲਾਂ ਤੇ ਯਕੀਨ ਕਰ ਲਿਆ ਮੈਂ ਤਾਂ ਪਹਿਲੀ ਰੱਬ ਦੀ ਮਾਰੀ ਆ ਦੇਖ ਭੈਣੇ ਮੈਂ ਫਿਰ ਵੀ ਪ੍ਰਵੀਨ ਭੈਣ ਨੂੰ ਸਮਝਾਵਾਂਗਾ ਤੂੰ ਟੈਨਸ਼ਨ ਨਾ ਲੈ ਬਾਕੀ ਤੁਸੀਂ ਦੋਵੇਂ ਲੜੀਆਂ ਨਾ ਕਰੋ ਬੰਦਾ ਚੰਗਾ ਨਹੀਂ ਲੱਗਦਾ ਬਾਕੀ ਭੈਣੇ ਤੁਹਾਨੂੰ ਇੱਕ ਘਰ 'ਚ ਇਸ ਲਈ ਨਹੀਂ ਵੀ ਆਇਆ ਤੁਸੀਂ ਦੋਵੇਂ ਜਣੇ ਲੜੋ ਵੀਰੇ ਮੈਂ ਤਾਂ ਅੱਜ ਤੱਕ ਨਹੀਂ ਉਹਦੇ ਨਾਲ ਲੜੀ ਫਰਕ ਤਾਂ ਉਹ ਕਰ ਰਹੀ ਹੈ ਪਤਾ ਨਹੀਂ ਕੀ ਗੱਲ ਦਾ ਚੱਲ ਭੈਣੇ ਤੂੰ ਟੈਨਸ਼ਨ ਨਾ ਲੈ ਮੈਂ ਫਿਰ ਵੀ ਭੈਣ ਨੂੰ ਸਮਝਾਵਾਂਗਾ ਮੈਂ ਤਾਂ ਉਹਦੇ ਨਾਲ ਕਦੇ ਦਰਾਣੀਆਂ ਜਠਾਣੀ ਵਾਲਾ ਹਿਸਾਬ ਹੀ ਨਹੀਂ ਰੱਖਿਆ ਚੱਲ ਕੋਈ ਨਾ ਭੈਣੇ ਤੂੰ ਫਿਕਰ ਨਾ ਕਰ ਪਰ ਮੈਨੂੰ ਉਮੀਦ ਨਹੀਂ ਸੀ ਵੀਰੇ ਜੱਸੇ ਕਿ ਤੂੰ ਉਹਦੀਆਂ ਗੱਲਾਂ ਚ ਆ ਕੇ ਮੈਨੂੰ ਆਹ ਕੁਛ ਕਹੇਗਾ ਭੈਣੇ ਤੂੰ ਮੈਨੂੰ ਗਲਤ ਸਮਝ ਰਹੀ ਹੈ ਮੈਂ ਤਾਂ ਵੈਸੇ ਸਮਝਾ ਰਿਹਾ ਸੀ ਚੱਲ ਠੀਕ ਹੈ ਭੈਣੇ ਫਿਰ ਵੀ ਮੈਂ ਪ੍ਰਵੀਨ ਭੈਣ ਨਾਲ ਗੱਲ ਕਰਨਾ ਬਾਕੀ ਮੈਨੂੰ ਪਤਾ ਭੈਣੇ ਤੂੰ ਗਲਤ ਨਹੀਂ ਹੋ ਸਕਦੀ ਮੈਂ ਪ੍ਰਵੀਨ ਭੈਣ ਨਾਲ ਕਰਦਾ ਗੱਲ ਉਹਨੂੰ ਕੋਈ ਗਲਤ ਫਹਿਮੀ ਹੋ ਗਈ ਰੱਬਾ ਤੂੰ ਮੇਰੀ ਇੰਨੀ ਮਾੜੀ ਕਿਸਮਤ ਲਿਖਤੀ ਅੱਜ ਪਤਾ ਲੱਗਿਆ ਵਿਧਵਾ ਦੀ ਜ਼ਿੰਦਗੀ ਚ ਆਪਦੇ ਵੀ ਆਪਣੇ ਨਹੀਂ ਹੁੰਦੇ ਉਹ ਵੀ ਬਗਾਨੇ ਹੋ ਗਏ ਹਾਂ ਬਾਈ ਦੱਸੋ ਕੀ ਤੁਹਾਡਾ ਰੋਲਾ ਬੈਠਾ ਕੋਲੇ ਵੀਰੇ ਆਪੇ ਪੁੱਛ ਲਾ ਦੱਸ ਦੂਗਾ ਤੈਨੂੰ ਇਹ ਹਾਂ ਬਾਈ ਦੱਸ ਕੀ ਰੋਲਾ ਤੁਹਾਡਾ
ਉਹ ਰੌਲਾ ਤਾਂ ਨਹੀਂ ਹੁਣ, ਉਹ ਬਸ ਐਵੇਂ ਹੀ ਯਾਰ ਇਹ ਨਾ ਦੋਵੇਂ ਜਣੀਆਂ ਰਲ ਕੇ ਭਾਬੀ ਨੂੰ ਬਦਨਾਮ ਕਰਨ ਤੇ ਤੁਲੀਆਂ ਹੋਈਆਂ ਨੇ। ਅੱਛਾ ਅਸੀਂ ਬਦਨਾਮ ਕਰ ਰਹੀਆਂ ਹੈ ਤੇ ਜਿਹੜਾ ਕੁਝ ਤੂੰ ਕਰਦਾ ਉਹ ਵੀ ਦੱਸ ਦੇ ਨਾ ਵੀਰੇ ਨੂੰ। ਉਹ ਮੈਂ ਕੀ ਕਰਿਆ? ਐ ਪੁੱਛ ਵੀ ਕਰਿਆ ਕੀ ਨੀਗਾ, ਕੋਲ ਜਾ ਜਾ ਕੇ ਬਹਿਣਾ ਉਹਦੇ, ਕਦੇ ਮੋਢੇ ਤੇ ਹੱਥ ਰੱਖ ਲਿਆ ਕਦੇ ਕੁਛ ਕਦੇ ਕੁਛ, ਤਨ ਜਿਗਰਾ ਮੇਰੇ ਵਰਗੀ ਦਾ ਜਿਹੜੀ ਹੁਣ ਤੱਕ ਬਰਦਾਸ਼ਤ ਕਰਦੀ ਆ ਰਹੀ ਆ, ਪਾਗਲ ਆ ਮੈਂ। ਯਾਰ ਤੂੰ ਹੀ ਦੱਸ ਮੈਨੂੰ, ਉਹ ਮੇਰੇ ਭਾਈ ਦੀ ਘਰਵਾਲੀ ਆ, ਉਹ ਨਾਲੇ ਤੂੰ ਦੱਸ ਭਾਈ ਦੇ ਜਾਣ ਤੋਂ ਬਾਅਦ ਆਉਂਦਾ ਵਿਚਾਰੀ ਤੇ ਸਾਡੇ ਤੋਂ ਇਲਾਵਾ ਕੌਣ ਹੈ, ਤੇ ਇਹ ਐਵੇਂ ਬਦਨਾਮ ਕਰੀ ਰੱਖਦੀਆਂ ਉਹਨਾਂ ਨੂੰ। ਜੇ ਮੈਂ ਥੋੜਾ ਚਿਰ ਹਾਲ ਚਾਲ ਆਉਂਦਾ ਪੁੱਛ ਲਾਂ ਤੇ ਇਹਨਾਂ ਨੂੰ ਮਰਜ਼ਾ ਹੀ ਲੱਗ ਜਾਂਦੀ, ਜੇ ਮੈਂ ਥੋੜਾ ਚਿਰ ਆਉਂਦਾ ਹਾਲ ਚਾਲ ਪੁੱਛ ਲਾਂ ਤੇ ਇਹਨਾਂ ਨੂੰ ਮਰਜ਼ਾ ਲੱਗ ਜਾਂਦੀਆਂ, ਮੇਰੀ ਵੀ ਭਾਬੀ ਆ ਉਹ। ਪ੍ਰਵੀਨ ਭੈਣੇ ਤੂੰ ਕੁਝ ਸੋਚ ਸਮਝ ਕੇ ਬੋਲਿਆ ਕਰ, ਕਈ ਵਾਰ ਅੱਖੀ ਦੇਖੇ ਵੀ ਗਲਤ ਹੁੰਦਾ ਹੈ। ਚੱਲ ਠੀਕ ਹੈ ਵੀਰੇ, ਮੈਂ ਤੁਹਾਡੀ ਗੱਲ ਮੰਨ ਲੈਣੀ ਆ ਵੀ ਮੈਂ ਗਲਤ ਆ। ਕੀ ਗੱਲ, ਇਹਦੀ ਮਾਂ ਵੀ ਫਿਰ ਗਲਤ ਹੈਗੀ? ਜੇ ਉਹਨੂੰ ਕੁਛ ਦਿਖਦਾ ਉਹ ਤਾਂ ਹੀ ਬੋਲਦੀ ਆ, ਪੁੱਛੋ ਇਹਨੂੰ ਹੁਣ ਬੋਲਦਾ ਕਿਉਂ ਨੀ। ਮੰਮੀ ਨੇ ਆਪਦੀ ਅੱਖੀ ਦੇਖਿਆ ਤੇ ਕੰਨੀ ਸੁਣਿਆ ਗਾ ਤਾਂ ਅਸੀਂ ਕਹਿੰਦੇ ਆ ਕੇ ਸਾਡਾ ਕੋਈ ਦਿਮਾਗ ਚ ਨੀ ਫਰਕ ਪਿਆ ਵੀ ਬੇਫਾਲਤੂ ਦਾ ਬੋਲਾਂਗੇ ਅਸੀਂ। ਉਹ ਮਾਂ ਦੀ ਤਾਂ ਹੁਣ ਉਮਰ ਹੋਈ ਪਈ ਆ, ਉਹਨੂੰ ਹੁਣ ਚੰਗੇ ਮਾਰੇ ਦੀ ਪਰਖ ਨਹੀਂ ਰਹੀ, ਤੇ ਤੂੰ ਤਾਂ ਸਿਆਣੀ ਹੈ। ਅੱਛਾ ਕੱਲੇ ਤੈਨੂੰ ਵੀ ਪਰਖ ਆ ਗਈ, ਹੋਰ ਤਾਂ ਸਾਰੇ ਉਈ ਤੁਰੇ ਫਿਰਦੇ ਨੇ, ਤੈਨੂੰ ਪੜ੍ਹਾ ਤਾਂ ਲਿਖਾ ਤਾਂ ਇਸ ਲਾਇਕ ਕਰਤਾ ਹਨਾ, ਹੁਣ ਮਾਂ ਮਾੜੀ ਵੱਜਦੀ ਆ, ਕੱਲੀ ਉਹੀ ਚੰਗੀ ਆ ਕਿ ਸਾਰਿਆਂ ਚੋਂ, ਉਹ ਤਾਂ ਆਪੇ ਚੰਗੀ ਲੱਗੂਗੀ। ਪ੍ਰਵੀਨ ਤੈਨੂੰ ਕਿੰਨੇ ਵਾਰ ਕਿਹਾ ਤੂੰ ਘੱਟ ਥੋੜਾ ਬੋਲਿਆ ਕਰ। ਚੱਲ ਠੀਕ ਹੈ ਵੀਰੇ, ਤੂੰ ਤਾਂ ਆਪ ਇਹਨਾਂ ਦੀ ਸਾਈਡ ਲੈਣ ਵਾਲਾ ਹੋ ਗਿਆ ਹੁਣ। ਦੇਖ ਪ੍ਰਵੀਨ ਭੈਣੇ, ਮੈਂ ਰਾਜ ਭੈਣ ਨਾਲ ਗੱਲ ਕਰੀ ਆ, ਮੈਨੂੰ ਤਾਂ ਕਿਸੇ ਪਾਸੋਂ ਗਲਤ ਲੱਗੀ ਨੀ। ਆਹੋ ਵੜੇਈਆਂ ਕਰਦੀ ਹੋਣੀ ਆਪਦੇ ਆਪ ਦੀਆਂ, ਗਲਤ ਕਿਉਂ ਲੱਗੂਗੀ ਉਹ, ਮੈਨੂੰ ਪੁੱਛ ਕੇ ਦੇਖ ਵੀਰੇ ਮੈਂ ਕਿਵੇਂ ਜਰਦੀ ਹੈਗੀ ਵੀਰੇ। ਲੈ ਉਹਦਾ ਤਾਂ ਕਦੇ ਫੋਨ ਆਇਆ ਨੀ, ਤੇਰੇ ਦਿਹਾੜੀ ਚ 50 ਫੋਨ ਆਉਂਦੇ ਆ। ਤੇ ਫਿਰ ਫੋਨ ਕਰੂਗੀ ਵੀ ਕਿਉਂ, ਹੈ ਕਿਸੇ ਪਾਸੇ ਸੱਚੀ ਹੋਵੇ ਤਾਂ ਫੋਨ ਕਰੇ, ਬੈਠੀ ਬੜਾਈ ਨੂੰ ਸਾਰਾ ਕੁਝ ਜੋ ਮਿਲਦਾ ਇੱਥੇ ਉਹਨੂੰ ਕਿਉਂ ਫੋਨ ਕਰੂੰਗੀ। ਦੇਖ ਪ੍ਰਵੀਨ ਭੈਣੇ, ਉਹ ਵੀ ਤੇਰੀ ਭੈਣ ਹੈ, ਥੋੜਾ ਸੋਚ ਸਮਝ ਕੇ ਬੋਲਿਆ ਕਰ। ਜਿਸ ਕਾਰਨ ਮੈਂ ਸਮਝ ਰਹੀ ਹਾਂ ਨਾ ਭੈਣਾ, ਉਹ ਤਾਂ ਨਹੀਂ ਸਮਝਦੀ, ਉਹਨੇ ਤਾਂ ਕੋਈ ਰਿਸ਼ਤਾ ਨਹੀਂ ਰੱਖਿਆ ਭੈਣਾ ਵਾਲਾ, ਉਲਟਾ ਡੋਰੇ ਪਾਉਂਦੀ ਫਿਰਦੀ ਆ ਇਹਦੇ ਤੇ, ਇਹੋ ਜਿਹਾ ਇਹ ਹੈਗਾ। ਤੂੰ ਦੱਸ ਬਈ ਇਹੋ ਜਿਹੀ ਗੱਲ ਹੈਗੀ ਆ? ਉਹ ਭਰਾਵਾ ਮੈਂ ਤਾਂ ਤੈਨੂੰ ਸਾਰੀ ਗੱਲ ਦੱਸ ਚੁੱਕਿਆ ਕਿ ਉਹ ਮੇਰੀ ਭਾਬੀ ਹੈ, ਤੇ ਭਾਬੀ ਤੋਂ ਭਾਬੀ ਦੇ ਮੋਢੇ ਤੇ ਕਿਹੜਾ ਹੱਥ ਰੱਖਦਾ ਪਹਿਲਾਂ ਮੈਨੂੰ ਇਹ ਦੱਸ। ਪ੍ਰਵੀਨ ਭੈਣੇ ਤੂੰ ਕੁਛ ਜ਼ਿਆਦਾ ਨਹੀਂ ਬੋਲੀ ਜਾਂਦੀ, ਜੇ ਮੇਰੀ ਸੁਣਨੀ ਨਹੀਂ ਸੀ ਤੇ ਮੈਨੂੰ ਇੱਥੇ ਬੁਲਾਇਆ ਕਿਉਂ, ਘੱਟੋ ਘੱਟ ਮੇਰੇ ਤੇ ਸ਼ਰਮ ਕਰੋ। ਬਹੁਤ ਬਹੁਤ ਧੰਨਵਾਦ ਵੀਰੇ, ਜਿਹੜੀ ਤੂੰ ਮੈਨੂੰ ਆ ਇਨਾਮਦਾਰੀ ਦਿੱਤੀ ਹੈਗੀ, ਮੈਂ ਦੁਖੀ ਹਾਂ ਇਸ ਘਰ ਦੇ ਵਿੱਚ ਤਾਂ ਤੁਹਾਨੂੰ ਫੋਨ ਕਰਦੀ ਸੀਗੀ, ਉਲਟਾ ਤੁਸੀਂ ਕਹਿ ਰਹੇ ਸ਼ਰਮ ਕਰੋ, ਮੈਂ ਕਾਹਦੀ ਸ਼ਰਮ ਕਰਾਂ, ਜੇ ਮੈਂ ਆਪਦਾ ਦੁੱਖ ਦੱਸਦਾ ਤੁਹਾਨੂੰ ਤਾਂ ਤੁਸੀਂ ਆਹ ਗੱਲਾਂ ਕਰਦੇ ਹੋਗੇ ਹੈ। ਨਾਲੇ ਵੈਸੇ ਵੀ ਨਾ ਵੀਰੇ ਘਰ ਮੇਰਾ ਉੱਜੜ ਰਿਹਾ ਸੀ ਤਾਂ ਮੈਂ ਹੀ ਫੋਨ ਕਰੂੰਗੀ ਨਾ, ਉਹਨੂੰ ਕੀ ਲੋੜ ਪਈ ਆ ਫੋਨ ਕਰਨ ਦੀ। ਦੇਖ ਲਿਆ ਬਸ ਮੈਂ, ਤੁਸੀਂ ਵੀ ਨਾ ਉਸੇ ਦੀ ਸਾਈਡ ਲੈਣ ਆਇਓਗੇ, ਕੋਈ ਲੋੜ ਨੀ ਵੀਰੇ ਮੈਂ, ਮੇਰਾ ਤਾਂ ਬਸ ਰਿਸ਼ਤਾ ਹੀ ਖਤਮ ਹੋ ਗਿਆ ਸਾਰਿਆਂ ਨਾਲ। ਪ੍ਰਵੀਨ ਭੈਣੇ ਵੀਰੇ ਮੈਂ ਕੀ ਕਰਾਂ ਜਦੋਂ ਕੋਈ ਮੈਨੂੰ ਸਮਝਣ ਵਾਲਾ ਹੀ ਨਹੀਂ ਹੈਗਾ ਇਸ ਘਰ ਦੇ ਵਿੱਚ, ਮੈਂ ਦੋਨਾਂ ਦੀ ਸਾਈਡ ਲਵਾ ਜਾਣਾ। ਫਿਰ ਜਿਹਨੂੰ ਗਲਤ ਹੈ ਤੁਸੀਂ ਗਲਤ ਕਿਉਂ ਨਹੀਂ ਕਹਿੰਦੇ, ਜੇ ਉਹਨੂੰ ਵੀ ਆਹ ਗਲਤ ਹੈ ਇੱਥੇ। ਉਹਨਾਂ ਨਾਲ ਮੈਂ ਗੱਲ ਕਰੀ ਸੀ, ਨਹੀਂ ਉਹ ਗਲਤ ਲੱਗ ਰਹੇ। ਮੈਂ ਗਲਤ ਲੱਗ ਰਹੀ ਹਾਂ? ਮੈਂ ਹੀ ਗਲਤ ਹਾਂ ਫਿਰ ਤਾਂ। ਤੇਰੇ ਚ ਦੇਖਣ ਚ ਕੋਈ ਗਲਤੀ ਹੋ ਰਹੀ ਹੋਣੀ ਆ, ਮੈਂ ਬਾਰ ਬਾਰ ਕਹਿ ਰਿਹਾ। ਮੇਰੇ ਤੋਂ ਗਲਤੀ ਹੋਈ ਆ, ਇਹਨੂੰ ਪੁੱਛ ਮੈਨੂੰ ਦੇਖਿਆ ਕਿ ਨਹੀਂ ਦੇਖਿਆ ਮੋਢੇ ਤੇ ਹੱਥ ਕੇ, ਪੁੱਛੇ ਨੂੰ ਹੁਣ।
ਪੁੱਛਣ ਹੁਣ ਤੇਰੇ ਕੋਲ ਬੈਠਾ ਏ। ਚੱਲ ਠੀਕ ਹੈ ਭੈਣੇ, ਮੈਂ ਚੱਲਦਾ, ਤੁਸੀਂ ਆਪ ਦਾ ਆਪੇ ਹੀ ਨਿਬੇੜੋ, ਠੀਕ ਹੈ ਨਾ? ਮੈਨੂੰ ਲੋੜ ਨਹੀਂ ਫੋਨ ਲਾਉਂਦੀ। ਕੋਈ ਨਹੀਂ ਲਾਉਂਦੀ ਹੈਗੀ, ਮੈਂ ਤਾਂ ਮਰ ਗਈ ਸਾਰਿਆ ਕਣੀਓ। ਪੈਗੀ ਤੇਰੇ ਵੀ ਕਾਲ ਚ ਠੰਡ ਨਾ ਹੁਣ ਤਾਂ। ਹਾਂ ਪੈਗੀ ਠੰਡ, ਤੇ ਨਾਲੇ ਉਹ ਕੋਈ ਨਿਆਣਾ ਨੀਗਾ, ਉਹ ਵੀ ਗਲਤ ਨੂੰ ਗਲਤ ਕਹੂ। ਅੱਛਾ ਤੂੰ ਉਹਦੇ ਨਾਲ ਰੰਗ ਰਲੀਆਂ ਬਣਾਵੇ ਤੇ ਉਹ ਸਭ ਸਹੀ ਆ, ਹਨਾ? ਜੋ ਮੈਂ ਦੇਖ ਰਹੀ ਹਾਂ ਉਹ ਗਲਤ ਹੈਗਾ। ਜੇ ਕੋਈ ਹੋਰ ਕਹਿੰਦਾ ਫਿਰ ਤਾਂ ਮੈਂ ਕਹਿ ਵੀ ਦਿੰਦੀ ਚਲੋ ਠੀਕ ਆ ਵੀ ਗਲਤ ਫਹਿਮੀ ਹੋ ਗਈ ਹੋਣੀ, ਪਰ ਮੈਂ ਤਾਂ ਸਭ ਕੁਝ ਆਪਦੀ ਅੱਖਾਂ ਨਾਲ ਦੇਖਿਆ, ਮੈਂ ਕਿਵੇਂ ਕਹਿ ਦਵਾਂ ਕਿ ਇਹ ਸਭ ਗਲਤ ਆ? ਉਹ ਜੋ ਤੂੰ ਸੋਚਦੀ ਆ ਨਾ, ਇਹ ਤੇਰੀਆਂ ਅੱਖਾਂ ਤੇ ਸਭ ਪਰਦੇ ਪਏ ਹੋਏ ਆ ਜੋ ਤੈਨੂੰ ਗਲਤ ਦਿਖ ਰਿਹਾ। ਆ ਦੇਖ ਤੇਰੇ ਅੱਗੇ ਜੋੜੇ ਹੱਥੇ ਮੈਨੂੰ ਛੱਡ ਦੇ, ਤੂੰ ਉਹਨੂੰ ਫਸਾ ਲਾ, ਠੀਕ ਆ ਨਾ? ਉਹੀ ਲੱਗਦੀ ਆ ਹੁਣ ਤਾਂ ਸਾਰਾ ਕੁਝ ਤੇਰਾ, ਮੈਂ ਕਾਹਨੂੰ ਕੁਝ ਲੱਗਦੀ ਹੈਗੀ। ਮੈਂ ਤਾਂ ਰੱਬ ਅੱਗੇ ਨਾ ਪੱਲਾ ਅੜਦੀ ਆ ਰੱਬਾ, ਜਿਹੜਾ ਕੁਛ ਮੇਰੇ ਨਾਲ ਹੋ ਰਿਹਾ ਨਾ, ਆ ਕੰਜਰੀ ਦਾ ਸੁੱਟ ਪੈਣ ਦੇਖੀ, ਸਾਰਾ ਕੁਛ ਇੱਥੇ ਹੀ ਆ ਲੇਖਾ ਜੋਖਾ। ਆਹੋ ਤੂੰ ਪੱਲੇ ਹੀ ਅੜਦੀ ਰਹੀ, ਹੋਰ ਨਾ ਕੁਛ ਕਰੀ। ਰੱਬ ਨੇ ਮੈਨੂੰ ਛੱਡੇ ਹੀ ਇਸ ਜੋਗਾ, ਤੇ ਤੁਸੀਂ ਕਰੋ ਇਸ ਪ੍ਰਸ਼ਤੀ ਜਾ ਕੇ। ਕਿਹੜੀ ਕੁੜੀ ਜਰ ਲੂਗੀ ਉਹਦੇ ਬੰਦੇ ਨੂੰ ਕਿਸੇ ਹੋਰ ਨਾਲ, ਦੱਸੀ ਮੈਨੂੰ, ਤੂੰ ਜਰ ਲੇਗਾ? ਜੇ ਤੇਰੇ ਕੋਈ ਹੋਰ ਭਾਈ ਹੁੰਦਾ ਜਿਹੜਾ ਮੁੱਕ ਗਿਆ, ਜੇ ਮੈਂ ਉਹਦੇ ਨਾਲ ਆ ਸਭ ਕਰਦੀ, ਤੂੰ ਜਰ ਲੈਂਦਾ ਫਿਰ? ਖਬਰ ਤਾਂ ਕੀ ਕੁਛ ਕਰਨਾ ਸੀਗਾ, ਕਿੱਥੇ ਜਿੱਦਾਂ ਦੀ ਰੋਸ ਕੱਟਣਾ ਸੀ ਮੇਰਾ। ਆਹ ਹੁਣ ਤਾਂ ਤੂੰ ਚੁੱਪ ਕਰਾਏ ਗਈ, ਮੈਂ ਤਾਂ ਹੀ ਬੋਲੂਗੀ। ਹਾਂ ਬੋਲੀ ਜਾ ਫਿਰ, ਜਦ ਮੇਰੀ ਆਤਮਾ ਤੜਪਾਉਂਦੇ ਹੋ ਤੁਸੀਂ। ਚਲ ਠੀਕ ਹੈ, ਜਿਹੜਾ ਕੁਛ ਸੋਚਣਾ ਸੁਰਤੀ ਜਾ, ਮੈਂ ਜਾਣਾ, ਬੈਠੀ ਰਹਿ ਇੱਥੇ। ਹਾਂ ਭਾਗ ਜਾ ਉਹਦੇ ਕੋਲੇ। ਰੱਬ ਵੀ ਨਾ ਰੋਜ਼ ਮੀਂਹ ਪਾ ਕੇ ਬਹਿ ਜਾਂਦਾ, ਦੇ ਕਿੰਨਾ ਪਾਣੀ ਖੜ ਗਿਆ। ਹੋਰ ਸੁਣਾ ਭਾਬੀ, ਪ੍ਰਵੀਨ ਭਾਬੀ ਠੀਕ ਹੈ? ਹਾਂ ਸਾਰੇ ਠੀਕ ਆ। ਅੱਗੇ ਪੜ੍ਹਾਈ ਕਿਵੇਂ ਚੱਲਦੀ ਹੈ ਤੇਰੀ ਫਿਰ? ਪੜ੍ਹਾਈ ਵਧੀਆ ਭਾਬੀ। ਇੱਧਰ ਕਿਵੇਂ ਅੱਜ? ਮੈਂ ਇੱਧਰ ਦੀ ਲੰਘਿਆ ਚੱਲਿਆ ਸੀ, ਮੈਂ ਸੋਚਿਆ ਭਾਬੀ ਦਾ ਹਾਲ ਚਾਲ ਹੀ ਪੁੱਛ ਲਾਂ। ਚੱਲ ਵਧੀਆ, ਹਾਲ ਚਾਲ ਤਾਂ ਪੁੱਛ ਲਿਆ। ਚਲੋ ਚੰਗਾ ਭਾਬੀ, ਮੈਂ ਜਾਣਾ, ਖਿਆਲ ਰੱਖੀ ਆਪਦਾ। ਕੀ ਖੜੀ ਗੱਲਾਂ ਕਰਦੀ ਸੀ? ਮੰਮੀ ਜੀ ਮੈਂ ਕੀ ਕਿਹਾ? ਤੂੰ ਗੁਆਂਢੀਆਂ ਦੇ ਮੁੰਡਿਆਂ ਨੂੰ ਤਾਂ ਬਖਸ਼ ਦੇ, ਕੀ ਕਿਹਾ ਗੁਆ ਗਲੀ ਗੁਆਂਢ ਮੈਨੂੰ? ਮੰਮੀ ਉਹਨਾਂ ਨੇ ਤਾਂ ਹਾਲ ਚਾਲ ਪੁੱਛਿਆ ਸੀ, ਹੋਰ ਕੀ ਕਿਹਾ ਉਹਨਾਂ ਨੇ? ਹਾਲ ਪੁੱਛਣ ਨੂੰ ਕੀ ਹੋਇਆਗਾ, ਤੈਨੂੰ ਚੰਗੀ ਭਲੀ ਤਾਂ ਹੈਗੀ ਆ ਤੂੰ। ਚੱਲ ਛੱਡ ਇਹਨੂੰ, ਘੰਟਾ ਹੋ ਗਿਆ ਇੱਥੇ ਮਲੀ ਜਾਂਦੀ ਇਹਨੂੰ, ਚੱਲ ਅੰਦਰ। ਬਹਾਨਾ ਹੀ ਚਾਹੀਦਾ ਬਾਹਰ ਨਿਕਲਣ ਦਾ। ਲੱਕੇ ਲੱਕੇ ਪੁੱਤ ਸੁੱਤਾ ਪਿਆ ਸੀ? ਹਾਂ ਬੇਬੇ। ਮੈਂ ਤੇਰੇ ਨਾਲ ਗੱਲ ਕਰਨੀ ਸੀ। ਦੇਖ ਪੁੱਤ ਲੱਕੀ, ਮੈਨੂੰ ਗਲਤ ਨਾ ਸਮਝ, ਮੈਂ ਤੇਰੀ ਮਾਂ, ਜੋ ਕੁਛ ਕਹੂੰਗੀ ਤੇਰੇ ਭਲੇ ਵਾਸਤੇ ਕਹੂੰਗੀ। ਪੁੱਤ ਦੇਖ, ਆਪਣੇ ਘਰ ਦੇ ਵਿੱਚ ਬਹੁਤ ਲੜਾਈ ਝਗੜਾ ਹੋ ਰਿਹਾ, ਮੈਂ ਨਹੀਂ ਚਾਹੁੰਦੀ ਵੀ ਤੂੰ ਉਹਦਾ ਘਰ ਖਰਾਬ ਕਰੇ। ਤੂੰ ਪੁੱਤ ਜਿੰਨਾ ਹੋ ਸਕੇ ਤੂੰ ਵੱਡੀ ਨੂੰਹ ਤੋਂ ਦੂਰ ਰਿਹਾ ਕਰ। ਦੇਖ ਪ੍ਰਵੀਨ ਦਾ ਸ਼ੱਕ ਦਿਨੋ ਦਿਨ ਵਧੀ ਜਾਂਦਾ, ਐ ਨਹੀਂ ਪਤਾ ਤੇਰਾ ਘਰ ਖਰਾਬ ਹੋ ਗਿਆ ਪੁੱਤ, ਪਰ ਮੈਂ ਵੀ ਨਹੀਂ ਕੁਛ ਕਰ ਸਕਦੀ। ਉਹ ਬੇਬੇ ਉਹ ਤਾਂ ਮੈਂ ਮੰਨਦਾ ਤੁਹਾਡੀ ਗੱਲ, ਪਰ ਦੇਖੋ ਮੇਰੀ ਵੀ ਉਹ ਭਾਬੀ ਹੈ ਤੇ ਭਾਬੀ ਮਾਂ ਸਮਾਨ ਹੁੰਦੀ, ਤੇ ਜੇ ਆਪਾਂ ਉਹਦਾ ਨਾ ਖਿਆਲ ਰੱਖਾਂਗੇ ਤਾਂ ਹੋਰ ਕੌਣ ਰੱਖੂਗਾ? ਉਹ ਤਾਂ ਖਿਆਲ ਰੱਖਣ ਨੂੰ ਅਸੀਂ ਹੈਗੇ ਆ ਨਾ, ਮੈਂ ਹੈਗੀ ਹਾਂ, ਉਹਦੀ ਭੈਣ ਆ ਪ੍ਰਵੀਨ, ਅਸੀਂ ਦੋਵੇਂ ਕਿਸ ਵਾਸਤੇ ਆ? ਉਹ ਸਾਡੀ ਜ਼ਿੰਮੇਵਾਰੀ ਆ ਪੁੱਤ, ਤੇਰੀ ਜ਼ਿੰਮੇਵਾਰੀ ਨਹੀਂ ਹੈਗੀ। ਉਹ ਮਾਂ, ਮੈਂ ਤੁਹਾਡੇ ਨਾਲ ਮੱਥਾ ਨਹੀਂ ਮਾਰ ਸਕਦਾ, ਮੈਨੂੰ ਲੱਗਦਾ ਤੁਹਾਡੇ ਕੋਈ ਪੱਲੇ ਗੱਲ ਪਊਗੀ, ਤੁਹਾਡੀ ਤਾਂ ਸੋਚ ਹੀ ਛੋਟੀ ਹੈ। ਉਹ ਮਾਂ, ਜੋ ਤੁਹਾਡੇ ਦਿਮਾਗ 'ਚ ਕੀੜਾ ਵੜਿਆ ਨਾ, ਉਹ ਨਹੀਂ ਨਿਕਲ ਸਕਦਾ,
ਮੈਂ ਚੱਲਦਾ। ਜਿੰਨਾ ਮਰਜ਼ੀ ਲੱਕੀ ਪਛਤਾਏਗਾ ਤੂੰ ਬੇੜੇ ਨੂੰ, ਮੈਂ ਤੈਨੂੰ ਦੱਸਦਾ ਬੇੜਾ ਲੰਘੇ ਹੱਥ ਨਹੀਂ ਆਉਂਦਾ। ਫਿਰ ਹਾਏ ਮੈਂ ਕੀ ਕਰਾਂ ਇਸ ਮੁੰਡੇ ਦਾ, ਕਿਸੇ ਦੀ ਨਹੀਂ ਗੱਲ ਮੰਨਦਾ, ਨਾ ਆਪਦੀ ਘਰਵਾਲੀ ਦੀ ਨਾ ਆਪਦੀ ਮਾਂ ਦੀ, ਸਾਨੂੰ ਤਾਂ ਜਿਵੇਂ ਦੁਸ਼ਮਣ ਮੰਨੀ ਬੈਠਾ ਹੈ। ਮੰਮੀ ਮੈਂ ਤਾਂ ਤੁਹਾਨੂੰ ਐਂ ਕਹਿੰਦੀ ਸੀ ਵੀ ਇੰਨੀ ਕੁ ਸਬਜ਼ੀ ਨਾਲ ਨਾ ਆਪਾਂ ਨੂੰ ਸਰਨਾ ਨਹੀਂ ਹੈਗਾ, ਮੈਂ ਤੁਹਾਡੀ ਜੋਗੀ ਬਣਾ ਲੈਂਦੀ ਹਾਂ, ਨਾਲੇ ਤੁਸੀਂ ਖਾ ਲਿਓ ਨਾਲੇ ਉਹ ਖਾ ਲੈਣਗੇ। ਨਹੀਂ ਬੁੱਤ ਐਂ ਕਰੀ, ਮੈਂ ਇਕੱਲੀ ਕੀ ਖਾਊਂਗੀ, ਇਹਦੇ ਵਿੱਚ ਨਾਲ ਤਾਂ ਪਿਆਜ਼ ਪਾ ਲਈ, ਥੋੜ੍ਹੇ ਜਿਹਾ ਆਲੂ ਪਾ ਲਈ, ਚੱਲ ਆਪਣਾ ਡੰਗਰ ਲੈ ਜਾਓ। ਚੱਲ ਐਂ ਕਰੂੰਗੀ, ਹੁਣ ਮੈਂ ਰੋਟੀ ਵੀ ਬਣਾ ਦਿੰਦੀ ਹਾਂ ਲੱਗਦੇ ਹੱਥ ਸਬਜ਼ੀ ਕਰਕੇ, ਹੈ ਨਾ। ਹਾਂ ਨਾਲ ਲੱਕੀ ਆਉਂਦਾ ਹੁਣ। ਠੀਕ ਹੈ ਮੰਮੀ। ਭਾਬੀ ਭਾਬੀ ਕੀ ਹੋ ਗਿਆ ਤੈਨੂੰ? ਬਸ ਕੁਛ ਨਹੀਂ, ਅਚਾਨਕ ਚੱਕਰ ਜਿਹਾ ਆ ਗਿਆ। ਤੂੰ ਚੱਲ ਭਾਬੀ, ਮੈਂ ਤੈਨੂੰ ਡਾਕਟਰ ਕੋਲ ਦਵਾਈ ਦਵਾ ਕੇ ਲਿਆਉਂਦਾ। ਨਹੀਂ ਲੱਗੀ, ਬਸ ਮੈਂ ਕੋਈ ਗੋਲੀ ਲੈ ਲੈ। ਉਹ ਨਹੀਂ, ਤੂੰ ਰਹਿਣ ਦੇ, ਚੱਲ ਭਾਬੀ ਤੈਨੂੰ ਦਵਾਈ ਦਵਾ ਕੇ ਲਿਆਉਂਦਾ। ਮੈਂ ਕਿੱਥੇ ਲੈ ਕੇ ਚੱਲਿਆ ਵੇ? ਤੈਨੂੰ ਦਿਖਦਾ ਨਹੀਂ ਭਾਬੀ ਨੂੰ ਚੱਕਰ ਆਈ ਜਾਂਦੇ ਆ, ਫਿਰ ਡਾਕਟਰ ਕੋਲ ਲੈ ਕੇ ਚੱਲਿਆ। ਅੱਛਾ, ਇਹਨੂੰ ਚੱਕਰਾਂ ਨੂੰ ਕੀ ਹੋਇਆ? ਤੈਨੂੰ ਦੇਖ ਕੇ ਚੱਕਰ ਆਏ ਨੇਗੇ, ਨਾਲ ਸਾਡੇ ਨੂੰ ਲਈ ਖੜਾ ਮੌਜਾਂ ਨਾਲ। ਸ਼ਰਮ ਕਰ ਮਾੜੀ ਮੋਟੀ, ਮੇਰੇ ਸ਼ਰਮ ਕਰ ਲਾ, ਮਾਂ ਦੇ ਸ਼ਰਮ ਕਰ ਲਾ। ਇਹੋ ਜੀ ਇਹ ਬੇਲੈਕੀ ਬਹਾਨੇ ਭਾਲਦੀ ਆ, ਖਾਦੀ ਆ ਤੇ ਤੁਸੀਂ ਚੱਕ ਲੈਂਦੀ ਆ, ਤੁਹਾਨੂੰ ਵੀ ਪਤਾ ਭਾਬੀ ਡਿੱਗ ਪਈ ਸੀ। ਮੈਂ ਸਾਡੇ ਹੁੰਦੇ ਦਾ ਚੱਕਰ ਨਹੀਂ ਆਇਆ, ਜਦੋਂ ਤੂੰ ਆ ਗਿਆ ਉਹਦੀ ਚੱਕਰ ਆ ਗਿਆ, ਇਹਨੂੰ ਪਤਾ ਸੀ ਵੀ ਬੋਚ ਨੂੰ ਆ ਕੇ। ਨਰਕ ਤੂੰ ਹਰ ਵਕਤ ਡਿੰਗ ਡਰਾਮੇ ਚ ਕਰਨ ਚ ਲੱਗੀ ਰਹਿੰਦੀ ਆ। ਸਾਨੂੰ ਤਾਂ ਕਦੇ ਚੱਕਰ ਨਹੀਂ ਆਇਆ ਹੈ ਕਿ ਮੈਂ ਸਾਰੀ ਦਿਹਾੜੀ ਮਰਦੇ ਆ ਕੰਮ ਕਰਦੇ ਆ, ਫੁੱਕਣਾ ਫੂਕਦੇ ਰਹਿੰਦੇ ਆਗੇ, ਇਹਨੂੰ ਜ਼ਿਆਦਾ ਕੁਝ ਹੁੰਦਾ ਗਾ, ਖਾਂਦੀ ਪੀਂਦੀ ਨੂੰ ਚੱਕਰ। ਹਾਂ ਚੁੱਪ ਕਰਕੇ ਨਾ ਆ ਦੇਖ ਮੇਰੀ ਗੱਲ ਸੁਣ ਲਾ, ਕੋਈ ਲੋੜ ਨਹੀਂ ਹੈਗੀ ਇਹਨੂੰ ਮੂੰਹ ਜਾ ਲਾਉਣ ਦੀ, ਨਹੀਂ ਫਿਰ ਮੈਥੋਂ ਬੁਰਾ ਕੋਈ ਨਹੀਂ, ਸਿੱਧੀ ਜੀ ਗੱਲ ਆ। ਮੰਮੀ ਸਮਝਾ ਦੋ ਜੇ ਸਮਝਾਇਆ ਜਾਂਦਾ। ਮੈਥੋਂ ਨਹੀਂ ਸਮਝਾਇਆ ਜਾਂਦਾ ਪਰਵੀਨ, ਮੈਂ ਤਾਂ ਹੰਭ ਗਈ ਇਹਨੂੰ ਕਹਿ ਕਹਿ ਕੇ, ਮੈਂ ਤਾਂ ਆਪਦੇ ਹੱਥ ਜੋੜੀ ਨਹੀਂ, ਮੈਂ ਤਾਂ ਚਾਹੁੰਦਾ ਕੀ ਹੈ। ਉਹ ਮੈਂ ਕੁਝ ਨਹੀਂ ਚਾਹੁੰਦਾ, ਕਿਉਂ ਤੁਸੀਂ ਭਾਬੀ ਦਾ ਜੀਣਾ ਹਰਾਮ ਕੀਤਾ ਹੋਇਆ, ਬਖਸ਼ ਦਿਓ ਉਹਨੂੰ। ਅਸੀਂ ਉਹਨਾਂ ਜੀਣਾ ਹਰਾਮ ਨਹੀਂ ਕੀਤਾ ਹੋਇਆ, ਸਾਡਾ ਜੀਣਾ ਹਰਾਮ ਤੁਸੀਂ ਦੋਵਾਂ ਨੇ ਕਰ ਰੱਖਿਆ, ਸਾਨੂੰ ਘਰੋਂ ਕੱਢਣ ਵਾਲਾ ਕਰ ਰੱਖਿਆ ਤੁਸੀਂ। ਮੈਥੋਂ ਨੀ ਤੇਰੀ ਰਾਸਲੀਲਾ ਦੇਖੀ ਜਾਂਦੀ, ਉਹਨੇ ਤਾਂ ਸ਼ਰਮ ਲਾਹੀ ਲਾਈ, ਨਾ ਤੈ ਵੀ ਲਾ ਛੱਡੀ ਆ। ਜੇ ਤੇਰਾ ਨਹੀਂ ਸਰਦਾ ਨਾ ਉਹਦੇ ਬਿਨਾ, ਐ ਕਰ ਉਹਨੂੰ ਲੈ ਕੇ ਅੱਗ ਬਹਿ ਜਾ। ਮੈਂ ਤੈਨੂੰ ਪਹਿਲਾਂ ਵੀ ਕਿਹਾ ਨਾ, ਜੋ ਸੋਚਣਾ ਸੋਚੀ ਜਾਓ, ਮੈਨੂੰ ਕੋਈ ਫਰਕ ਨਹੀਂ ਪੈਂਦਾ। ਕਾਹਨੂੰ ਫਰਕ ਪਊਗਾ ਤੈਨੂੰ, ਮਿਲ ਜਾ ਰਿਹਾ ਸਾਰਾ ਕੁਝ ਉਹਦੇ ਕੋਲੋਂ। ਚਲੋ ਮੰਮੀ ਕੋਈ ਲੋੜ ਨਹੀਂ ਹੈਗੀ, ਮੂੰਹ ਨਾ ਦੇ ਆਏ ਜੀ। ਪਤਾ ਨਹੀਂ ਕੀ ਕਾਲਾ ਜਾਦੂ ਕੀਤਾ ਇਹਦੇ ਤੇ। ਡੈਣ ਜੀ ਮੇਰੇ ਮੁੰਡੇ ਦਾ ਖੇੜਾ ਹੀ ਨਹੀਂ ਛੱਡਦੀ ਹੈਗੀ। ਖਬਰ ਕੀ ਜਾਦੂ ਟੋਣਾ ਕਰਾ ਰੱਖਿਆ ਉਹਦੇ ਤੇ ਕੰਜਰੀ ਨੇ। ਜਾਦੂ ਟੋਣੇ ਕਰਾਇਆ, ਇਹ ਤਾਂ ਘਰ ਪੱਟ ਕੇ ਸਵਰ ਲਊਗੀ ਇਹ। ਸੱਚ ਦੱਸਾਂ ਨਾ ਮੰਮੀ ਜੀ, ਮੈਂ ਤੈਨੂੰ ਭੈਣ ਕਹਿਣਾ ਵੀ ਜੀ ਨਹੀਂ ਕਰਦਾ ਇਹਦਾ ਹਰ ਜੀ ਨੂੰ। ਦੇਖ ਲਓ ਜੀ, ਸਾਡਾ ਤਾਂ ਫਰਜ਼ ਬੰਦਾ ਸੀ। ਲਓ ਜੀ ਸ਼ਰਿਆਮ ਹੀ ਬਿਠਾ ਰੱਖਿਆ ਬੰਦਾ, ਦੇਖ ਲਓ ਹੈਂ, ਪਹਿਲਾਂ ਆਪਦਾ ਬੰਦਾ ਖਾ ਗਈ, ਆ ਫਿਰ ਮੇਰਾ, ਤੇ ਹੁਣ ਆ ਵੀ ਨਹੀਂ ਛੱਡਿਆਗਾ, ਪਤਾ ਨਹੀਂ ਕਿਹਦਾ ਕਿਹਦਾ ਨਾ। ਦੇਖ ਲਾ ਮੰਮੀ, ਹੁਣ ਤਾਂ ਤੁਹਾਡੇ ਸਾਹਮਣੇ ਹੈ ਸਾਰਾ ਕੁਛ, ਨਾ ਤੂੰ ਵੀ ਉਹ ਤਾਂ ਕਹਿੰਦਾ ਸੀਗਾ, ਕਹਿ ਹੁਣ ਇਹਨੂੰ ਆਉਂਦੀ ਨੂੰ। ਹੁਣ ਪਹਿਲਾਂ ਗੱਲ ਤਾਂ ਸੁਣ ਲਓ, ਐਵੇਂ ਬੋਲਣ ਲੱਗ ਪਈਆਂ। ਕੀ ਗੱਲ ਸੁਣ ਲਈ ਏ ਮਾੜਾ ਜਿਹਾ, ਬਾਹਰ ਕੀ ਬਾਕੀ ਇਹਨੂੰ ਮੌਕਾ ਮਿਲ ਗਿਆ। ਇਹ ਚਾਹੁੰਦੀ ਉਹ ਆ ਕੁਛ ਹੈ ਹੈਂ, ਨਸ਼ਰਿਆਮ ਮੈਂ ਹੈਰਾਨ ਆ। ਨਾ ਸੰਗ ਨਾ ਸ਼ਰਮ, ਸਾਰੀ ਸੰਗ ਵੇਚ ਖਾਦੀ ਐਨੇ।
ਨਹੀਂ ਕਿਸੇ ਨੂੰ ਤਾਂ ਬਖਸ਼ ਦੇ, ਕਿਸੇ ਨੂੰ ਤਾਂ ਛੱਡ ਦੇ। ਇਹਨੇ ਡੈਡ ਨੇ ਕੀ ਬਖਸ਼ਣਾ? ਚੁੱਪ ਕਰ ਤੂੰ। ਤੂੰ ਲੈ ਚੱਲ ਉਹਦੇ ਸਾਡੇ ਸਾਰਾ ਤੇ ਤੇਰੀ ਅੱਖਾਂ ਦੇ ਸਾਹਮਣੇ ਹੋ ਰਿਹਾ ਹੈਗਾ। ਹੱਦ ਕਰ ਦੇ ਜਮੀ। ਉਹਨੂੰ ਤਾਂ ਕੀ ਪੁੱਛਣਾ ਤੇ ਵੀ ਕਿਹੜਾ ਬੰਦਾ ਹੈ, ਕਿਉਂ ਬਿਠਾ ਰਿਹਾਗਾ? ਉਲਟਾ ਸਾਨੂੰ ਕਹਿ ਰਿਹਾਗਾ ਔਰ ਅਗਰੋਲੀ ਉਹਨਾਂ ਨੂੰ ਲੱਗ ਰਹੀ ਹੈ ਸਾਹਮਣੇ ਤੇਰੇ। ਤੂੰ ਚੁੱਪ ਹੋ ਜਾ, ਮੈਨੂੰ ਭਾਬੀ ਨੂੰ ਪੁੱਛ ਲੈ। ਭਾਬੀ ਕੀ ਗੱਲ ਹੈ? ਹਾਂ ਇਹ ਦੱਸੂਗੀ ਸੱਚ ਹਨਾ? ਕੀ ਗੱਲ ਹੈ? ਆਪਾਂ ਨੂੰ ਨਹੀਂ ਦੱਸਦੀ, ਇਹਨੂੰ ਸੱਚ ਦੱਸੂਗੀ। ਪਰਵੀਨ ਉਹ ਬਸ ਕਰ ਬਸ ਕਰ, ਲੱਗੀ ਆ ਪਰਵੀਨ ਨਾਲ ਹੋਰ ਦਿਖਦਾ ਹੀ ਆ। ਬੋਲਣ ਬੋਲਣ ਨਹੀਂ ਆਇਆ ਕੁਛ, ਸਾਰਾ ਕੁਝ ਤਾਂ ਤੁਹਾਡੇ ਪੈਰ ਸਾਹਮਣੇ ਹੋ ਰਿਹਾ ਹੈ। ਪਰਵੀਨ ਭੈਣੇ ਪਹਿਲਾਂ ਮੇਰੀ ਗੱਲ ਤਾਂ ਸੁਣ ਲਾ। ਬਸ ਕਰ ਜਾ, ਹਜੇ ਵੀ ਸੁਣ ਸੁਣਾਉਣ ਨੂੰ ਰਹਿ ਗਏ ਪਿੱਛੇ ਉਹਨੇ ਬਾਕੀ ਇਹ ਜਾ ਇਹ ਜਿਹੜਾ ਬੈਠਾ ਪੋਚਾ ਨਾਲ। ਚੁੱਪ ਕਰੋ ਸਾਰੇ, ਮੈਂ ਸਰਕਾਰੀ ਮੁਲਾਜ਼ਮ ਆ। ਕੀ ਕਿਹਾ? ਸਰਕਾਰੀ ਮੁਲਾਜ਼ਮ? ਬੂ ਮੈਂ ਮਰਸਾ ਕੰਜਰੀ ਨੇ ਮੁਲਾਜ਼ਮ ਵੀ ਨਹੀਂ ਛੱਡਿਆ ਹੈਗਾ। ਆਹੋ ਪੈਸੇ ਖਾਣੇ ਢੰਗ ਜਿਹਾ ਬਣਾ ਰੱਖੇ ਨੇਗੇ, ਇੱਕ ਛੱਡ ਲੈਂਦੇ ਇੱਕ ਕਰ ਲੈਂਦੀ ਆ, ਆਹੀ ਬੰਦੇ ਰਹੂ ਤੇਰਾ ਸਾਰਾ ਕੁਛ ਨਰਕ ਭਰੀ ਜ਼ਿੰਦਗੀ ਭੋਗੀ ਜਾਗਾ। ਸਾਨੂੰ ਭਗਵਾਨ ਚ ਮੂੰਹ ਦਿਖਾਣ ਜੋਗਾ ਛੱਡ ਦੇ ਕਿਸੇ ਨੂੰ, ਥੂ ਥੂ ਕਰ ਰਹੇ ਨੇ ਸਾਰੇ ਲੋਕ। ਚੁੱਪ ਕਰ ਜਾਓ ਹੁਣ, ਥੋੜੀ ਬਹੁਤ ਅਕਲ ਹੈ ਜਾਂ ਨਹੀਂ ਤੁਹਾਨੂੰ? ਤੂੰ ਕੌਣ ਆ ਸਾਨੂੰ ਸ਼ਰਮ ਸਿਖਾਉਣ ਵਾਲਾ? ਨਾਲੇ ਤੈਨੂੰ ਕਿਹੜੇ ਹੱਕ ਦਿੱਤਾ ਸਾਡੇ ਘਰ ਦੇ ਮਾਮਲੇ ਵਿੱਚ ਬੋਲਣ ਦਾ? ਉਹ ਦੱਸਦਾ ਮੈਂ ਤੁਹਾਨੂੰ, ਕਰਦਾ ਥਾਣੇ ਫੋਨ, ਮਿੰਟ ਲਾਉ ਤੁਹਾਨੂੰ, ਫਿਰ ਤੜੀ ਅਕਲ ਆਊ ਟਿਕਾਣੇ। ਥਾਣੇ ਉੱਥੇ ਜਾ ਕੇ ਤੜੀ ਅਕਲ ਟਿਕਾਣੇ ਆਊਗੀ। ਅੱਛਾ ਅਸੀਂ ਕੀ ਕੀਤਾ ਵਾ? ਜਿਹੜਾ ਤੂੰ ਥਾਣੇ ਵਾਲੇ ਨੂੰ ਫੋਨ ਲਾਏਗਾ ਤੇ ਤੁਸੀਂ ਬੋਲੋ ਨਾ ਕੁਛ। ਇਹਨਾਂ ਨੂੰ ਅਕਲ ਹੈ ਨਹੀਂ, ਸਰਕਾਰੀ ਮੁਲਾਜ਼ਮ ਨਾਲ ਗੱਲ ਕਿੱਦਾਂ ਕਰੀਦੀ ਹੈ? ਉਹ ਬਾਈ ਜੀ ਇਹਨਾਂ ਦੀ ਅਕਲ ਦਾ ਪਰਦਾ ਪਿਆ, ਤੁਸੀਂ ਬਹਿ ਕੇ ਗੱਲ ਕਰੋ। ਓਏ ਤਾਂ ਕਮਲੀਆ ਤੂੰ ਤਾਂ ਸਿਆਣਾ ਹੈ। ਮੈਂ ਤਾਂ ਬਸ ਇਹਨਾਂ ਦਾ ਜਿਹੜਾ ਘਰ ਵਾਲਾ ਰਮੇਸ਼ ਸਿੰਘ ਪੂਰਾ ਹੋਇਆ ਸੀ ਉਹਦੀ ਜੁਆਇਨਿੰਗ ਲੈਟਰ ਹੈ, ਇਹਨਾਂ ਦੀ ਘਰ ਵਾਲੀ ਨੂੰ ਨੌਕਰੀ ਮਿਲੀ ਹੈ, ਮੈਂ ਉਹ ਦੇਣ ਆਇਆ ਸੀ। ਬਾਕੀ ਤੁਸੀਂ ਜਾਣੋ, ਤੁਹਾਡਾ ਕੰਮ ਜਾਣੇ, ਫਾਲਤੂ ਬਕਵਾਸ ਕਰਦੇ ਆ। ਸਾਰੀ ਗਲਤੀ ਇਹਦੀ ਆ, ਇਹਨੇ ਦੱਸਿਆ ਆਪਾਂ ਨੂੰ ਮੌਜਾਂ ਨਾਲ ਬੈਠੀ ਰਹੀ ਆ ਇੱਥੇ, ਹੈ ਮੁਲਾਜ਼ਮ ਸੀ ਅਗਲਾ ਕੀ ਸੋਚੂਗਾ ਬੇਕਾਰ ਜੀ। ਹੁਣ ਤਾਂ ਤੇਰੇ ਠੰਡ ਪੈ ਗਈ ਹੋਣੀ ਆ ਲੋਕਾਂ ਤੋਂ ਸਾਡੀ ਬੇਇੱਜ਼ਤੀ ਕਰਾ ਕੇ। ਆਹੋ ਤੁਹਾਡੀ ਜ਼ੁਬਾਨ ਜੋ ਕੈਂਚੀ ਵਾਂਗੂ ਚੱਲਦੀ ਹੈ, ਕਿਸੇ ਦੀ ਗੱਲ ਸੁਣੋ ਤਾਂ ਹੀ। ਉਹ ਚੱਲ ਭਾਬੀ ਤੈਨੂੰ ਬਹੁਤ ਬਹੁਤ ਵਧਾਈਆਂ, ਤੇ ਤੂੰ ਇਹਨਾਂ ਦੀ ਟੈਨਸ਼ਨ ਨਾ ਲਿਆ ਕਰ, ਇਹਨਾਂ ਦਾ ਕੀ ਹੈ, ਇਹ ਤਾਂ ਬੋਲੀ ਜਾਂਦੀਆਂ। ਹੁਣ ਤੈਨੂੰ ਪਰਮਾਤਮਾ ਦੀ ਕਿਰਪਾ ਨਾਲ ਨੌਕਰੀ ਮਿਲ ਗਈ ਤੇ ਆਪਦਾ ਬੇਫਿਕਰ ਹੋ ਕੇ ਹੁਣ ਨੌਕਰੀ ਕਰੀ। ਲੈ ਕੁੜੇ ਇਹ ਤਾਂ ਆ ਬੈਠੀ ਆ ਪੂੰਜੇ ਚ ਲੱਗੀ, ਸਾਰਾ ਦਿਨ ਕੰਮ ਹੀ ਕੰਮ ਕੰਮ ਹੀ ਕੰਮ। ਹੋਰ ਕੀ ਹਾਲ ਆ? ਠੀਕ ਆ ਸੋਨਾ, ਤੂੰ ਦੱਸ ਭੈਣੇ। ਲੈ ਕੁੜੇ ਵਧਾਈਆਂ ਹੋਣ ਤੈਨੂੰ। ਕਾਹਦੀਆਂ ਵਧਾਈਆਂ ਦਿੰਦੀਆਂ ਸੋਨਾ? ਲੈ ਕੁੜੇ ਐਡੀ ਵੱਡੀ ਖੁਸ਼ੀ ਆ, ਹਜੇ ਕੁਛ ਦੀਆਂ ਕਾਹਦੀਆਂ ਵਧਾਈਆਂ, ਨੌਕਰੀ ਲੱਗ ਗਈ ਤੈਨੂੰ। ਤੈਨੂੰ ਕਿਹਨੇ ਦੱਸਤਾ? ਮੈਨੂੰ ਸਭ ਪਤਾ ਹੈ, ਮੈਂ ਤਾਂ ਤੁਹਾਡੇ ਘਰੇ ਰੌਲਾ ਪੈਂਦਾ ਸੁਣ ਕੇ ਤੇ ਮੈਂ ਤਾਂ ਬਾਹਰ ਨਿਕਲ ਕੇ ਦੇਖਦੀ ਸੀ, ਇੰਨੇ ਮੁਲਾਜ਼ਮ ਨਿਕਲਿਆ। ਮੈਂ ਉਹਨੂੰ ਪੁੱਛਿਆ, ਉਹ ਕਹਿੰਦਾ ਇਹਨਾਂ ਦੇ ਮੁੰਡੇ ਦੀ ਨੌਕਰੀ ਬਹੂ ਨੂੰ ਮਿਲ ਗਈ। ਮੈਂ ਤਾਂ ਸੋਚਿਆ ਮਖਾਂ ਲੈ ਮਖਾਂ ਭੱਜ ਕੇ ਜਾਵਾਂ, ਮੈਂ ਤਾਂ ਵਧਾਈਆਂ ਦੇ ਕੇ ਆਵਾਂ ਮਖਾਂ ਭੈਣ ਨੂੰ ਜਾ ਕੇ। ਲੈ ਵਧੀਆ ਹੋ ਗਿਆ, ਹੁਣ ਤਾਂ ਤੈਨੂੰ ਨੌਕਰੀ ਮਿਲ ਗਈ, ਹੁਣ ਨਾ ਇਹਨਾਂ ਦੀਆਂ ਝਿੜਕਾਂ ਸਹੀ, ਹੁਣ ਨਾ ਇਹਨਾਂ ਦੇ ਥੱਲੇ ਲੱਗ ਕੇ ਕੰਮ ਕਰੀ। ਅੱਗੇ ਸਾਰਾ ਦਿਨ ਕੰਮ ਕਰਦੀ ਰਹਿੰਦੀ ਸੀਗੀ, ਹੁਣ ਆਪਦੇ ਵਾਸਤੇ ਕੰਮ ਕਰੀ, ਨੌਕਰੀ ਕਰੀ, ਹੁਣ ਆਪਦੀ ਸਾਰਾ ਦਿਨ ਨੌਕਰਾਣੀ ਬਣ ਕੇ ਕੰਮ ਕਰਦੀ ਰਹਿੰਦੀ ਸੀਗੀ। ਮੈਂ ਤਾਂ ਤੈਨੂੰ ਕਦੇ ਮਾੜੀ ਰਾਇ ਦਿੱਤੀ ਨੀ, ਤੂੰ ਹੀ ਨੀ ਮੇਰੀ ਗੱਲ ਸੁਣਦੀ। ਹਾਂ ਸੋਨਾ, ਹੁਣ ਤਾਂ ਮੈਂ ਆਪਦੇ ਭਵਿੱਖ ਬਾਰੇ ਸੋਚੂੰਗੀ। ਚੱਲ ਚੰਗਾ ਭੈਣੇ, ਹੁਣ ਮੈਂ ਜਾਂਦੀ ਹਾਂ। ਜੇ ਤੇਰੀ ਸੱਸ ਨੇ ਦੇਖ ਲਿਆ ਤਾਂ ਮੁੜ ਕੇ ਫਿਰ ਉਹ ਤਾਂ ਹੋਰ ਹੀ ਝੰਜੜ ਪਾ ਕੇ ਬਹਿ ਜਾਂਦੀ ਹੈ। ਚੱਲ ਚੰਗਾ, ਧਿਆਨ ਰੱਖੀ ਤੂੰ ਹੁਣ ਆਪਦਾ, ਜਿਹੜੀ ਗੱਲ ਮੈਂ ਕਹੀ ਆ ਉਸੇ ਤੇ ਪੱਕੀ ਰਹੀ, ਮੈਂ ਕਿਹੜਾ ਇੱਥੇ ਚੁਗਲੀਆਂ ਕਰਨ ਆਉਣੀ ਆ, ਮੈਂ ਤਾਂ ਸੱਚੀ ਗੱਲ ਤਾਂ ਕਹੀ ਜਾਂਦੀ ਆ ਹੁਣ।
ਸੋਨਾ ਸਹੀ ਕਹਿੰਦੀ ਸੀ। ਮੈਂ ਕਿਉਂ ਇਹਨਾਂ ਦੇ ਤਾਨੇ ਮਿਣਨੇ ਸੁਣਾ? ਮੈਂ ਹੁਣ ਆਪਦੇ ਭਵਿੱਖ ਬਾਰੇ ਸੋਚੂੰਗੀ, ਨਾਲੇ ਹੁਣ ਮੈਂ ਇਹਨਾਂ ਨੂੰ ਸਾਬਤ ਕਰੂੰਗੀ ਕਿ ਮੈਂ ਗਲਤ ਨਹੀਂ, ਸਹੀ ਹਾਂ। ਮੰਮੀ ਸਮਝ ਨਹੀਂ ਆ ਰਿਹਾ ਵੀ ਹੁਣ ਕੀ ਬਣੂ ਇਸ ਘਰ ਦਾ, ਕੀ ਨਾ। ਸੱਚ ਦੱਸਾਂ ਨਾ, ਮੇਰੇ ਤਾਂ ਹੁਣ ਇਹਨੂੰ ਦੇਖਣ ਨੂੰ ਵੀ ਜੀ ਨਹੀਂ ਕਰਦਾ ਹੈਗਾ। ਐਂ ਦਿਲ ਕਰਦਾ ਘਰੋਂ ਫੜ ਕੇ ਬਾਹਰ ਕੱਢ ਦਵਾਂ, ਬਸ ਮੇਰੀ ਤਾਂ ਇੱਥੇ ਬਸ ਹੀ ਨਹੀਂ ਚੱਲਦਾ ਹੈਗਾ, ਮਜਬੂਰ ਆ ਮੈਂ ਤਾਂ। ਪਰਵੀਨ, ਬਾਹਰ ਕੱਢਣ ਦੀ ਨਾ ਸੋਚ, ਸੋਚ ਇਹ ਘਰੇ ਕਿਵੇਂ ਰਹੋ। ਘਰੇ ਕਿਵੇਂ ਰਹੋ ਮਤਲਬ? ਬੋਲੀਏ, ਨੌਕਰੀ ਮਿਲ ਰਹੀ ਹੈ ਹੁਣ ਉਹਨੂੰ? ਉਹਨੂੰ ਮਿਲ ਰਹੀ, ਆਪਾਂ ਨੂੰ ਕੀ ਫਾਇਦਾ? ਆਪਾਂ ਨੂੰ ਇਹ ਫਾਇਦਾ, ਜੇ ਨੌਕਰੀ ਵੀ ਕਰੂਗੀ ਤਾਂ ਵੀ ਘਰੇ ਪੈਸੇ ਤਾਂ ਆਉਣਗੇ। ਮੰਮੀ ਤੁਸੀਂ ਤਾਂ ਐਂ ਕਹਿ ਰਹੇ ਹੋਗੇ ਜਿਵੇਂ ਉਹ ਸਾਰੀ ਤਨਖਾਹ ਨਾ ਲਿਆ ਕੇ ਤੁਹਾਡੇ ਹੱਥ 'ਚ ਧਰਿਆ ਕਰੋਗੇ, ਤੁਹਾਨੂੰ ਨਹੀਂ ਪਤਾ ਉਹ ਕਿਹੋ ਜਿਹੀ ਹੈਗੀ। ਹਾਂ ਇਹ ਗੱਲ ਤਾਂ ਸਹੀ, ਦੁਨੀਆ ਮਿੰਟਾਂ 'ਚ ਮਰਦੀ ਹੈ, ਇਹਨੂੰ ਤਾਂ ਕੰਜਰੀ ਨੂੰ ਅਟੈਕ ਵੀ ਨਹੀਂ ਹੁੰਦਾ, ਮਰਦੀ ਵੀ ਨਹੀਂ ਹੈਗੀ ਵੀ ਮਰੇ ਜਾਵੇ, ਖੜਾ ਛੁੱਟ ਜਾਵੇ। ਮੰਮੀ ਜੀ ਸਹੀ ਕਹਿ ਰਹੀ ਹੈ, ਕਦੋਂ ਬਾਜਾ ਮਰ ਜਾਂਦੀ ਆ। ਮੰਮੀ ਜੀ, ਪਰਵੀਨ ਜਲਦੀ ਆ ਜਾ, ਮੇਰਾ ਜਾਣ ਦਾ ਟਾਈਮ ਹੋ ਗਿਆ। ਚੱਲ ਪਰਵੀਨ, ਦੇਖੀਏ ਆਪਾਂ ਕੀ ਕਹਿੰਦੀ ਆ। ਉਹਨੇ ਕਹਿਣਾ ਕੀ ਆ ਮੰਮੀ? ਉਹੀ ਰੋਣੇ ਧੋਣੇ ਨੇ ਉਹਦੇ, ਨਾਲੇ ਜੇ ਜਾਂਦੀ ਉਹਨੂੰ ਵਗ ਜਾਂਦੀ, ਤੁਸੀਂ ਬੇਫਾਲਤੂ ਦਾ ਨਾ ਰੋਕੋ ਉਹਨੂੰ। ਆਪਾਂ ਰੋਕਦੇ ਨਹੀਂ, ਚੱਲ ਦੇਖ ਤਾਂ ਲਈਏ ਕੀ ਕਹਿੰਦੀ ਆ, ਨਾਲੇ ਇਹ ਨਹੀਂ ਪਤਾ ਕੀ ਕੁਛ ਬੰਨ ਕੇ ਲੈ ਜਾਇਓ। ਚੱਲ ਦੇਖ ਤਾਂ ਲਈਏ ਆਪਾਂ। ਚੱਲ ਇਹ ਵੀ ਕੋਈ ਪਤਾ ਨਹੀਂ ਚੋਰ ਨਹੀਂ ਦਾ। ਲਓ ਜੀ, ਆਪ ਤਾਂ ਮਹਾਰਾਣੀ ਬੈਠੀ ਹੈ ਤੇ ਸਾਨੂੰ ਕਹਿੰਦੀ ਕਿ ਜਾਣਾ ਜਾਣਾ, ਨਾ ਕਿੱਥੇ ਜਾਣਾ ਤੈ? ਜਾਣਾ ਕਿੱਥੇ ਇਹਨੇ? ਕੱਲ ਜਿਹੜਾ ਅਪਾਇੰਟਮੈਂਟ ਲੈਟਰ ਆਇਆ ਇਹਨੂੰ ਭੁੱਲ ਗਈ। ਓਹ ਅੱਛਾ ਅੱਛਾ, ਹਾਂ ਦੇਖ ਲਿਆ ਮੰਮੀ ਜੀ, ਆਪਣਾ ਮਤਲਬ ਕੱਢਿਆ, ਹੁਣ ਤੂੰ ਕੌਣ ਤੇ ਮੈਂ ਕੌਣ? ਇਹ ਤਾਂ ਉਮੀਦ ਵੀ ਹੋਰ ਕੀ ਕੀਤੀ ਜਾ ਸਕਦੀ ਸੀ ਪਰਵੀਨ। ਤੂੰ ਮੈਨੂੰ ਹਮੇਸ਼ਾ ਗਲਤ ਸਮਝਦੀ ਰਹੀ, ਕਹਿੰਦੀ ਗਲਤ ਸਮਝਦੀ ਰਹੀ ਆ, ਤੂੰ ਹਰੀ ਗੱਲ ਤਾਂ ਗਲਤ ਹੀ ਸਮਝੂਗੀ ਤੈਨੂੰ ਮੈਂ। ਪਰਵੀਨ ਮੈਂ ਤੈਨੂੰ ਕੁਛ ਦੱਸਣਾ ਸੀ। ਮੰਮੀ ਜੀ ਜੋ ਕੱਲ ਲੈਟਰ ਆਇਆ ਨਾ, ਮੈਂ ਉਹਤੇ ਸਾਈਨ ਕਰਤੇ। ਉਹ ਤਾਂ ਮੈਨੂੰ ਪਤਾ ਹੀ ਹੈ ਕਿ ਤੂੰ ਸਾਈਨ ਕਰਤੇ, ਇਹਦੇ 'ਚ ਹੁਣ ਨਵੀਂ ਕੀ ਗੱਲ ਆ ਗਈ? ਡਰਾਮੇ ਇੰਨੇ ਪਤਾ ਨਹੀਂ ਕਿਉਂ ਕਰਦੀ ਆ, ਇੱਕ ਤਾਂ ਨਾ ਹਰ ਵਕਤ ਬਿਮਾਰ ਬਿਮਾਰ, ਪਤਾ ਨਹੀਂ ਕੀ ਹੋਇਆ। ਮੈਂ ਵੀ ਤਾਂ ਤੇਰੀ ਭੈਣ ਆ, ਮੇਰੇ ਤਾਂ ਸਿਰ ਤੱਕ ਨਹੀਂ ਦੁਖਿਆ। ਪਰਵੀਨ ਸਮਝਿਆ ਕਰ, ਡਰਾਮੇ ਜੇ ਡਰਾਮਾ ਨਹੀਂ ਕਰੋਗੇ ਤਾਂ ਭਲਾ ਇਹਨੂੰ ਕੰਮ ਤੋਂ ਛੁੱਟੀ ਕਿਵੇਂ ਮਿਲੂਗੀ? ਸਹੀ ਕਿਹਾ ਤੁਸੀਂ ਨੇ ਵੈਸੇ। ਚਲੋ ਛੱਡੋ ਮੰਮੀ, ਕਿਉਂ ਆਇਆ ਸੀ ਤੇ ਮੂੰਹ ਲੱਗਣਾ ਤੇ ਟਾਈਮ ਵੇਸਟ ਕਰਨਾ। ਤੁਸੀਂ ਚਰਵੀਨ ਲਾਸਟ ਵਾਰੀ ਮੇਰੀ ਗੱਲ ਸੁਣ, ਲਾਈਕ ਤੂੰ ਮੈਨੂੰ ਹਮੇਸ਼ਾ ਗਲਤ ਸਮਝਦੀ ਰਹੀ ਆ। ਆ ਜਿਹੜੀ ਨੌਕਰੀ ਮੈਨੂੰ ਮਿਲੀ ਆ ਨਾ, ਮੈਂ ਲੱਖੀ ਦੇ ਨਾਂ ਕਰਾਤੀ, ਮੈਂ ਜੌਬ ਨਹੀਂ ਕਰਨੀ। ਕੀ ਕੀ ਹੋਇਆ ਦੀਦੀ? ਦੀਦੀ ਕੀ ਹੋਇਆ? ਮੰਮੀ ਦੀਦੀ ਦੀਦੀ ਚੱਲ ਦੀਦੀ ਲੱਗੀ ਦੀਦੀ ਲੱਗੀ ਦੀਦੀ ਕੀ ਕੀਤਾ ਤੁਸੀਂ ਨੇ ਮੇਰੇ ਦੱਸ ਦੇ, ਕਿਉਂ ਕੀਤਾ ਤੁਸੀਂ ਨੇ ਸਭ? ਪਰਵੀਨ ਮੈਨੂੰ ਸਮਝਣ ਵਾਲਾ ਇੱਥੇ ਕੋਈ ਨਹੀਂ ਸੀ, ਤੂੰ ਵੀ ਮੈਨੂੰ ਬਗਾਨੇ ਵਾਂਗੂ ਸਮਝਦੀ ਸੀ, ਪਰ ਮੇਰੇ ਕੋਲ ਹੋਰ ਕੋਈ ਚਾਰਾ ਨਹੀਂ ਸੀ। ਪਰਵੀਨ ਮੰਮੀ ਜੀ ਮੈਨੂੰ ਮਾਫ ਕਰ ਦਿਓ, ਮੈਂ ਤੁਹਾਡੀ ਕਦੇ ਚੰਗੀ ਨੂੰਹ ਨਹੀਂ ਬਣ ਸਕੀ। ਨਹੀਂ ਪੁੱਤ, ਮਾਫ ਤਾਂ ਤੂੰ ਮੈਨੂੰ ਕਰ ਦੇ, ਮੈਂ ਤੇਰੀ ਮਾਂ ਨਾ ਬਣ ਸਕੀ। ਤੂੰ ਮੇਰੀ ਇੱਕ ਚੰਗੀ ਧੀ ਵਾਂਗੂ ਫਰਜ਼ ਨਿਭਾਇਆ, ਪਰ ਮੈਂ ਹੀ ਮਾਂ ਦਾ ਫਰਜ਼ ਨਹੀਂ ਨਿਭਾ ਸਕੀ।
ਮੈਨੂੰ ਮਾਫ ਕਰ ਦੇ ਪੁੱਤੇ, ਮੈਨੂੰ ਮਾਫ ਕਰ ਦੇ। ਤੂੰ ਮੈਨੂੰ ਹਮੇਸ਼ਾ ਗਲਤ ਸਮਝਦੀ ਰਹੀ, ਨਾਲੇ ਲੱਖੀ ਮੇਰੇ ਵੱਡੇ ਭਰਾਵਾਂ ਵਰਗਾ ਸੀ। ਮੈਂ ਉਹਨੂੰ ਕਦੇ ਉਸ ਨਜ਼ਰੀਏ ਨਾਲ ਨਹੀਂ ਦੇਖਿਆ ਜਿਸ ਨਾਲ ਤੂੰ ਸੋਚਦੀ ਸੀ। ਦੀਦੀ 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 ਮੰਮੀ ਜੀ, ਦੀਦੀ ਨੂੰ ਕੀ ਹੋ ਰਿਹਾ ਗਾ? ਦੀਦੀ ਲੱਖੀ ਆ ਜਾਣਾ ਜਲਦੀ ਦੀਦੀ। ਭਾਬੀ ਭਾਬੀ ਕੀ ਹੋ ਗਿਆ ਭਾਬੀ ਨੂੰ? ਲੱਕੀ ਦੇਖ ਤੇਰੀ ਭਾਬੀ ਬੋਲਦੀ ਨੀ। ਤੁਸੀਂ ਕਹੋ ਨਾ ਜੀ, ਕੀ ਪਤਾ ਤੁਹਾਡੇ ਗਏ ਤੇ ਦੀਦੀ ਉੱਠ ਖੜੇ। ਭਾਬੀ ਉੱਠਣਾ ਕੀ ਹੋ ਗਿਆ ਭਾਬੀ ਤੈਨੂੰ? ਦੀਦੀ ਇੱਕ ਵਾਰ ਅੱਖਾਂ ਖੋਲਣਾ ਮੇਰੇ ਕਰਕੇ। ਮੇਰੀ ਭੈਣ ਦੀ ਮੌਤ ਦੀ ਜ਼ਿੰਮੇਵਾਰ ਮੈਂ ਖੁਦ ਆਪ ਆ। ਮੈਨੂੰ ਰੱਬ ਨੇ ਕਦੇ ਮਾਫ ਨਹੀਂ ਕਰਨਾ। ਭੈਣੇ ਉੱਠ ਖੜ। ਆ ਵੇਖ ਲੈ ਬੇਬੇ, ਤੁਹਾਡੀ ਸੋਚ ਦਾ ਨਤੀਜਾ। ਜੇ ਅੱਜ ਭਾਬੀ ਨੂੰ ਤੁਸੀਂ ਸਹੀ ਸਮਝਿਆ ਹੁੰਦਾ ਤਾਂ ਭਾਬੀ ਅੱਜ ਇਹ ਸਭ ਕੁਝ ਨਾ ਕਰਦੀ। ਪਰ ਤੁਸੀਂ ਤੁਸੀਂ ਦਿਓਰ ਭਾਬੀ ਦੇ ਰਿਸ਼ਤੇ ਨੂੰ ਇੰਨਾ ਬਦਨਾਮ ਕਰਤਾ ਕਿ ਭਾਬੀ ਨੂੰ ਵਿਚਾਰੀ ਨੂੰ ਆਪਣੀ ਜਾਨ ਦੇਣੀ ਪਈ। ਪਰ ਤੁਸੀਂ ਇਹ ਨਹੀਂ ਸਮਝ ਸਕੇ ਕਿ ਦਿਓਰ ਭਾਬੀ ਦਾ ਰਿਸ਼ਤਾ ਇੱਕ ਭੈਣ ਭਾਈ ਦਾ ਵੀ ਹੋ ਸਕਦਾ, ਮਾਂ ਪੁੱਤ ਦਾ ਵੀ ਹੋ ਸਕਦਾ। ਪਰ ਤੁਹਾਨੂੰ ਤੁਹਾਨੂੰ ਤਾਂ ਹਰ ਵਕਤ ਭਾਬੀ ਗਲਤ ਹੀ ਲੱਗਦੀ ਨੇ। ਮੇਰੇ ਭੈਣ ਦੀ ਮੌਤ ਦੀ ਜ਼ਿੰਮੇਵਾਰ ਮੈਂ ਖੁਦ ਆਪ ਆ। ਇਹ ਸਭ ਤੁਹਾਡੀ ਵਜ੍ਹਾ ਨਾਲ ਹੋਇਆ। ਨਾ ਤੁਸੀਂ ਭਾਬੀ ਨਾਲ ਇਹ ਸਭ ਕਰਦੇ ਤੇ ਨਾ ਭਾਬੀ ਅੱਜ ਕਰਦੀ। ਭੈਣੇ ਤੂੰ ਉੱਠ ਖੜਨਾ, ਇੱਕ ਵਾਰ ਹੁੰਦੇ ਤੇਰੀ ਛੋਟੀ ਭੈਣ ਬੁਲਾਉਂਦੀ ਆ, ਭੈਣੇ ਉੱਠ ਖੜਨਾ। ਮੰਮੀ ਜੀ ਮੇਰੀ ਭੈਣ ਆਪ ਨੂੰ ਹਮੇਸ਼ਾ ਲਈ ਛੱਡ ਕੇ ਤੁਰ ਗਈ। ਮੈਨੂੰ ਮਾਫ ਕਰ ਦੇ, ਭੈਣੇ ਉੱਠਣਾ ਤੂੰ ਉੱਠਦੀ ਕਿਉਂ ਨੀ? ਜੋ ਤੁਸੀਂ ਇਸ ਫਿਲਮ ਵਿਚ ਦੇਖਿਆ ਹੈ, ਇੱਕ ਵਿਧਵਾ ਨੂੰ ਆਪਣਿਆਂ ਦੇ ਹੀ ਤਾਨੇ ਮੇਣੇ ਸੁਣ ਕੇ ਆਪਣੀ ਜਾਨ ਦੇਣੀ ਪਈ। ਇੱਕ ਦਿਓਰ ਭਰਜਾਈ ਦਾ ਰਿਸ਼ਤਾ ਭੈਣ ਭਾਈ ਦਾ ਵੀ ਹੋ ਸਕਦਾ ਹੈ ਤੇ ਮਾਂ ਪੁੱਤ ਦਾ ਵੀ ਹੋ ਸਕਦਾ ਹੈ। ਕਦੇ ਵੀ ਕਿਸੇ ਨੂੰ ਇੰਨਾ ਜਲਦੀ ਜੱਜਮੈਂਟ ਨਹੀਂ ਕਰਨਾ ਚਾਹੀਦਾ। ਜ਼ਰੂਰੀ ਨਹੀਂ ਹੁੰਦਾ ਜੋ ਆਪਾਂ ਅੱਖੀਂ ਦੇਖਦੇ ਆ ਉਹ ਸੱਚ ਹੁੰਦਾ ਹੈ। ਅਗਰ ਵੀਡੀਓ ਅੱਛੀ ਲੱਗੀ ਹੋ ਤਾਂ ਚੈਨਲ ਕੋ ਸਬਸਕ੍ਰਾਈਬ ਕਰੇ ਔਰ ਵੀਡੀਓ ਸ਼ੇਅਰ ਕਰੇ।